ਵਾਹਿਗੁਰੂ ਸਾਹਿਬ ਜੀ, ਤੂੰ ਸੁਲਤਾਨ ਕਹਾਂ ਮੀਆਂ, ਤੇਰੀ ਕਵਨ ਵਡਾਈ ਜੋ ਤੂੰ ਤਿਹੇ, ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਸਤਿਗੁਰੂ ਗਰੀਬ ਨਿਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਕੌਮ ਦੇ ਮਹਾਨ ਤਖਤ ਕਲਗੀਧਰ ਪਿਤਾ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਅਜ਼ਮਤਾਂ ਨਾਲ ਨਿਵਾਜੀ ਹੋਈ ਧਰਤੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੜੇ ਪਿਆਰ ਨਾਲ ਬੜੇ ਸਹਿਜ ਵਿੱਚ ਆਪ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸਤਿੰਦਰ ਵੀਰ ਸਿੰਘ ਜੀ ਹੋਰਾਂ ਪਾਸੋਂ ਸ਼ਬਦ ਕੀਰਤਨ ਸੁਣ ਰਹੇ ਸੀ। ਗੁਰਦੇਵ ਜੀ ਦੇ ਚਰਨਾਂ 'ਚ ਜੋਦੜੀ ਕਰੀਏ, ਸਤਿਗੁਰੂ ਸਿਰ 'ਤੇ ਹੱਥ ਰੱਖਣ, ਸਮਰਥ ਬਖਸ਼ਣ, ਸਹਿਜ ਬਖਸ਼ਣ, ਪਿਆਰ ਬਖਸ਼ਣ, ਆਪ ਸੰਗਤ ਅਸੀਸ ਦਿਓ। ਸਾਰੇ ਪਿਆਰ ਵਿੱਚ ਜੁੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਸਾਹਿਬ ਜੀ ਦਾ ਆਗਮਨ ਦਿਹਾੜਾ, ਸਤਿਗੁਰ ਜੀ ਦਾ ਪ੍ਰਕਾਸ਼ ਦਿਹਾੜਾ, ਵਿਸ਼ਵ ਭਰ ਦੇ ਅੰਦਰ ਸਿੱਖ ਸੰਗਤ ਬੜੀ ਅਕੀਦਤ ਨਾਲ ਸ਼ਰਧਾ ਨਾਲ ਮਨਾ ਰਹੀ ਹੈ। ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰੀ ਰੂਪ ਵਿੱਚ ਇਹ ਸਮਾਗਮ ਦਸ਼ਮੇਸ਼ ਜੀ ਦੀ ਨਿਵਾਜੀ ਧਰਤੀ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਔਰ ਉਚੇਚੇ ਤੌਰ ਤੇ ਕੌਮ ਦੀਆਂ ਸਾਰੀਆਂ ਜਮਾਤਾਂ, ਸਾਰੀਆਂ ਸੰਸਥਾਵਾਂ ਅੱਜ ਇਸ ਸਥਾਨ ਤੇ ਇਕੱਤਰ ਹੋਈਆਂ। ਸਾਧ ਸੰਗਤ, ਸਾਡੇ ਜਿਹੜੇ ਦਿਹਾੜੇ ਹੁੰਦੇ ਆ, ਇਤਿਹਾਸਕ ਦਿਹਾੜੇ ਜਾਂ ਗੁਰੂ ਸਾਹਿਬਾਨ ਜੀ ਦੇ ਦਿਹਾੜੇ ਜਾਂ ਗੁਰਸਿੱਖਾਂ ਦੇ ਕਰਨੀ ਦੇ ਦਿਹਾੜੇ, ਉਹ ਸਿਰਫ ਇਨਫੋਰਮੇਸ਼ਨ ਵਾਸਤੇ ਨਹੀਂ ਹੁੰਦੇ। ਬਹੁਤ ਵਾਰੀ ਕੋਸ਼ਿਸ਼ ਕਰਦੇ ਹਾਂ ਅਸੀਂ ਬੋਲਣ ਵਾਲੇ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ, ਵੱਧ ਤੋਂ ਵੱਧ ਜਾਣਕਾਰੀ ਖੋਜ ਕੇ, ਜਾਣਕਾਰੀ ਦੇ ਤੱਤ ਢੂੰਡ ਕੇ ਸਿੱਖ ਸੰਗਤਾਂ ਤੱਕ ਪਹੁੰਚਾਏ ਜਾਣ। ਬਹੁਤ ਸਾਰੀਆਂ ਐਸੀਆਂ ਰੂਹਾਂ ਬੈਠੀਆਂ ਜਿਨ੍ਹਾਂ ਨੇ ਜ਼ਿੰਦਗੀ ਦਾ ਇੱਕ ਇੱਕ ਪਲ ਸਤ ਸੰਗਤ 'ਚ ਗੁਜ਼ਾਰਿਆ ਹੋਏਗਾ। ਔਰ ਅਕਸਰ ਹੀ ਇੱਦਾਂ ਹੁੰਦਾ ਕਿ ਸੰਗਤ ਵਕਤੇ ਦੇ ਨਾਲੋਂ ਜ਼ਿਆਦਾ ਜਾਣਕਾਰੀ ਰੱਖਦੀ ਹੈ। ਵਕਤਾ ਸਿਰਫ ਆਪਣੇ ਆਪ ਤੱਕ ਸੀਮਤ ਹੁੰਦਾ, ਸੰਗਤ ਬਹੁਤ ਸਾਰੇ ਬੁਲਾਰਿਆਂ ਨੂੰ ਸੁਣਦੀ ਹੈ ਔਰ ਜ਼ਿਆਦਾ ਸੂਝ ਰੱਖਦੀ ਹੈ। ਜੋ ਮੈਂ ਮਹਿਸੂਸ ਕਰਦਾ ਕਿ
ਸਾਡੇ ਇਕੱਠ, ਸਾਡੇ ਸਮਾਗਮ, ਸਾਡੇ ਕੌਮੀ ਤਰੱਦਤ ਜਿਹੜੇ ਨੇ, ਇਹ ਮਹਿਜ਼ ਜਾਣਕਾਰੀ ਵਾਸਤੇ ਨਹੀਂ ਹੈ ਜੀ। ਇਹ ਸਾਡਾ ਸੈਲਫ ਅਨੈਲਿਸਿਸ ਹੈ, ਸਾਡੀ ਸਵੈ ਪੜਚੋਲ ਹੈ ਕਿ ਜਦੋਂ ਅਸੀਂ ਕਦੀ ਤੀਜੀ ਸ਼ਤਾਬਦੀ ਦੀ ਗੱਲ ਕਰਦੇ ਹਾਂ, ਕਿਸੇ ਪੁਰਬ ਤੇ ਚੌਥੀ ਸ਼ਤਾਬਦੀ ਦੀ ਗੱਲ ਕਰਦੇ ਹਾਂ, ਕਿਤੇ ਤੇ ਪੰਜਵੀਂ ਦੀ ਗੱਲ ਕਰਦੇ ਹਾਂ, ਉਦੋਂ ਮਨੋਰਥ ਇਹ ਹੁੰਦਾ ਕਿ ਅਸੀਂ ਇੰਨਾ ਲੰਬਾ ਪੰਧ ਕਿੱਥੋਂ ਚੱਲੇ ਸੀ ਤੇ ਕਿੱਥੇ ਪਹੁੰਚੇ। ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਿਖਾਇਆ ਸੀ, ਕੀ ਮਕਸਦ ਸੀ ਸਤਿਗੁਰਾਂ ਦੇ ਆਉਣ ਦਾ। ਇੱਕ ਗੱਲ ਚੇਤੇ ਚ ਰੱਖਣਾ, ਤੁਸੀਂ ਵੱਡੀ ਗਿਣਤੀ ਚ ਨੌਜਵਾਨ ਬੈਠੇ ਹੋ, ਵਿਦਿਆਰਥੀ ਬੈਠੇ ਹੋ, ਤੁਸੀਂ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਦੇ ਬਹੁਤ ਸਾਰੇ ਵਿਦਿਆਰਥੀ ਤੁਸੀਂ ਬੈਠੇ ਹੋ। ਸਿੱਖਾਂ ਦਾ ਵਿਦਿਆ ਦਾ ਵੱਡਾ ਕੇਂਦਰ ਸਤਿਗੁਰ ਦੀ ਸਾਜੀ ਹੋਈ ਗੁਰੂ ਕੀ ਕਾਂਸ਼ੀ, ਦਮਦਮਾ ਸਾਹਿਬ ਵਿੱਚ ਸਤਿਗੁਰ ਜੀ ਚਲਾਈ ਹੋਈ ਟਕਸਾਲ ਵਿਦਿਆ ਦੀ, ਜਿਹਨੂੰ ਅੱਜ ਸਾਰਾ ਪੰਥ ਸਿਰ ਝੁਕਾਉਂਦਾ। ਸਤਸੰਗ ਮਹਾਰਾਜ ਨੇ ਵਿਦਿਆ ਦਾ ਕੁੰਭ ਚਲਾਇਆ ਦਮਦਮਾ ਸਾਹਿਬ। ਤੋਂ ਮੈਂ ਤੁਹਾਡੇ ਨਾਲ ਦੋ ਗੱਲਾਂ ਜ਼ਰੂਰ ਕਰਨੀਆਂ ਚਾਹੁੰਦਾ ਨੌਜਵਾਨ ਵੀਰੋ। ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਇਤਿਹਾਸ ਦੀ ਰੋਸ਼ਨੀ ਵਿੱਚ ਆਪਣੇ ਭਵਿੱਖ ਨੂੰ ਵੇਖੀਏ, ਆਪਣੇ ਅੱਜ ਨੂੰ ਸਵਾਰਨ ਦਾ ਯਤਨ ਕਰੀਏ। ਕੀ ਮਕਸਦ ਸੀ ਸੱਚੇ ਸਾਹਿਬ ਜੀ ਦਾ? ਸਾਨੂੰ ਪਤਾ ਸਾਰਿਆਂ ਨੂੰ, ਪਟਨਾ ਸਾਹਿਬ ਵਿਖੇ ਭਾਵ ਲਏ ਅਸੀਂ ਸੁਣਾਉਂਦੇ ਹਾਂ। ਇਕੱਲੇ ਇਕੱਲੇ ਸਿੱਖ ਨੂੰ ਪਤਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਗ੍ਰਹਿ ਵਿਖੇ ਧੰਨ ਮਾਤ ਗੁਜਰੀ ਜੀ ਦੀ ਕੁੱਖੋਂ ਇਹ ਗੱਲਾਂ ਸੀ ਅਕਸਰ ਕੀਤੀਆਂ ਨੇ, ਸੁਣੀਆਂ ਨੇ। ਕੀ ਨਿਸ਼ਾਨਾ ਕੀ ਸੀ ਜੀ? ਦੁਨੀਆਂ ਦੇ ਉੱਤੇ ਜ਼ਿੰਦਗੀ ਉਹ ਮਹਾਨ ਹੁੰਦੀ ਹੈ ਜਿਸ ਜ਼ਿੰਦਗੀ ਦਾ ਨਿਸ਼ਾਨਾ ਮਹਾਨ ਹੁੰਦਾ। ਜੇ ਅਸੀਂ ਗੁਰੂ ਸੰਤਾਨ ਦੀ ਗੱਲ ਕਰੀਏ ਤੇ ਗੁਰੂ ਸਾਹਿਬਾਨ ਦੇ ਘਰ ਹੋਰ ਵੀ ਸਪੁੱਤਰ ਪੈਦਾ ਹੋਏ ਨੇ। ਸਤਿਕਾਰ ਕਰਦੇ ਅਸੀਂ ਬਾਬਾ ਸ੍ਰੀ ਚੰਦ ਜੀ ਤੋਂ ਲੈ ਕੇ ਅਸੀਂ ਸਾਰੀ ਗੁਰੂ ਸੰਤਾਨ ਦਾ ਸਤਿਕਾਰ ਕਰਦੇ ਹਾਂ। ਪਰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਗੱਲ ਕਰਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਸਾਹਿਬ ਜੀ ਸਾਨੂੰ ਇੱਕ ਬਹੁਤ ਵੱਡਾ ਮੈਸੇਜ ਦਿੰਦੇ ਆ, ਉਹ ਹੈ ਮਕਸਦ, ਨਿਸ਼ਾਨਾ। ਤੇ ਇਸ ਗੱਲ ਨੂੰ ਯਾਦ ਰੱਖਿਓ, ਜਿਸ ਬੰਦੇ ਦਾ ਨਿਸ਼ਾਨਾ ਕੋਈ ਨਹੀਂ ਹੁੰਦਾ, ਮਕਸਦ ਕੋਈ ਨਹੀਂ ਹੁੰਦਾ, ਏਮ ਕੋਈ ਨਹੀਂ ਹੁੰਦਾ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਉਦਾਹਰਣ ਦੇ ਤੌਰ ਤੇ ਪਿੰਡ ਦੀ ਬੀਹੀ ਵਿੱਚ ਵੀ, ਪਿੰਡ ਦੀ ਗਲੀ ਵਿੱਚ ਵੀ ਕੋਈ ਬੰਦਾ ਦੋ ਚੱਕਰ ਲਾਵੇ, ਚਾਰ ਚੱਕਰ ਲਾਵੇ, ਦਸ ਚੱਕਰ ਲਾਵੇ, ਤੁਸੀਂ ਪੁੱਛੋਗੇ ਵੀ ਭਾਈ ਕਿਸ ਵਾਸਤੇ ਜਾ ਰਿਹਾ? ਤੇ ਜੇ ਉਹ ਕਹੇਗਾ ਵੀ ਐਵੇਂ ਹੀ ਜਾ ਰਿਹਾ ਤੇ ਫਿਰ ਜ਼ਰੂਰ ਸਾਡਾ ਦਿਮਾਗ ਸਿਗਨਲ ਦੇਗਾ ਕਿ ਇਹ ਬੰਦਾ ਮੈਂਟਲੀ ਅਪਸੈਟ ਹੈ, ਜਿਹਦਾ ਨਿਸ਼ਾਨਾ ਕੋਈ ਨਹੀਂ ਹੈ, ਐਵੇਂ ਹੀ ਫਿਰ ਰਿਹਾ। ਨਿਸ਼ਾਨੇ ਤੋਂ ਬਿਨਾਂ ਤੇ ਇੱਕ ਕਮਰੇ ਚੋਂ ਦੂਜੇ ਕਮਰੇ ਚ ਪੈਰ ਨਹੀਂ ਰੱਖਦੇ ਤੁਸੀਂ। ਸਾਡੀਆਂ ਮਾਵਾਂ ਭੈਣਾਂ ਬੈਠੀਆਂ ਉਹ ਰਸੋਈ ਵਿੱਚ ਜਾਂਦੀਆਂ, ਚੁੱਲ੍ਹੇ ਚੌਂਕੇ ਤੱਕ ਜਾਂਦੀਆਂ, ਸਟੋਰ ਤੱਕ ਜਾਂਦੀਆਂ, ਆਖਰ ਕੋਈ ਮਕਸਦ ਹੁੰਦਾ ਤੇ ਕਦਮ ਪੁੱਟਦੀਆਂ ਨਾ ਜੀ। ਸਾਡੇ ਸੱਜੇ ਖੱਬੇ ਇੱਕ ਚੁਟਕੀ ਜਿੰਨਾ ਖੜਕਾ ਹੋਵੇ ਇਕਦਮ ਸਾਡੀ ਗਰਦਨ ਘੁੰਮਦੀ ਹੈ, ਸਾਡੀ ਨਿਗਾਹ ਘੁੰਮਦੀ ਹੈ। ਨਿਸ਼ਾਨੇ ਤੋਂ ਬਿਨਾਂ ਤੇ ਸਾਡੀ ਨਿਗਾਹ ਨਹੀਂ ਘੁੰਮ ਰਹੀ, ਗਰਦਨ ਨਹੀਂ ਘੁੰਮ ਰਹੀ, ਕੋਈ ਮਕਸਦ ਹੈ ਨਾ? ਅਸੀਂ ਜਾਣਨਾ ਚਾਹੁੰਦੇ ਹਾਂ ਇੱਧਰ ਕੀ ਹੋਇਆ, ਉੱਧਰ ਕੀ ਹੋਇਆ। ਤੇ ਜਿਸ ਬੰਦੇ ਦਾ ਮਕਸਦ ਕੋਈ ਨਹੀਂ, ਜ਼ਿੰਦਗੀ ਸਾਰੀ ਜੀ ਕੇ ਚਲਿਆ ਜਾਵੇ, ਜ਼ਰੂਰ ਮੰਨਣਾ ਪਏਗਾ ਕਿ ਇਹ ਬੰਦਾ ਦਿਮਾਗੀ ਤੌਰ ਤੇ ਸੰਤੁਲਿਤ ਨਹੀਂ। ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਨ, ਉਹਨਾਂ ਦਾ ਮਕਸਦ ਬੜਾ ਮਹਾਨ ਹੈ, ਉਹਨਾਂ ਦਾ ਨਿਸ਼ਾਨਾ ਬੜਾ ਮਹਾਨ ਹੈ। ਨਿਸ਼ਾਨਾ ਮਹਾਨ ਤੇ ਮਹਾਨ ਨਿਸ਼ਾਨੇ ਦੀ ਪੂਰਤੀ ਉਹ ਸਧਾਰਨ ਬੰਦਿਆਂ ਨੂੰ ਵੀ ਮਹਾਨ ਬਣਾ ਦਿੰਦੀ ਹੈ ਜੀ।
ਔਰ ਸਭ ਤੋਂ ਵੱਡੀ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਸਾਹਿਬ ਜੀ ਦੀ ਕਿਰਪਾ ਹੈ, ਆਪਣੇ ਖਾਲਸੇ ਉੱਤੇ ਜਿਹੜੀ ਸਭ ਤੋਂ ਵੱਡੀ ਬਖਸ਼ਿਸ਼ ਕੀਤੀ, ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਕੀ ਦਿੱਤਾ? ਸਿਰਫ ਬਾਣਾ ਨਹੀਂ ਸਾਧ ਸੰਗਤ, ਇੱਥੇ ਨਾ ਰੁਕ ਜਾਈਏ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਣਾ ਦੇ ਦਿੱਤਾ, ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਰੂਪ ਦੇ ਦਿੱਤਾ, ਇੱਥੇ ਨਾ ਰੁਕ ਜਾਈਏ ਵੀ ਬਸ ਜੀ ਅਸੀਂ ਰੂਪ ਲੈ ਲਿਆ ਤੇ ਫੁੱਲ ਸਟਾਪ, ਨਹੀਂ ਬਈ, ਜਾਂ ਇਹ ਅਸੀਂ ਅਹਿਸਾਨ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਤੇ, ਵੇਖੋ ਜੀ ਤੁਹਾਡੇ ਵਾਲਾ ਬਾਣਾ ਧਾਰਨ ਕਰ ਲਿਆ, ਪੰਜ ਕਕਾਰੀ ਰਹਿਤ ਪਾਲੀ ਤੇ ਅਸੀਂ ਸੰਤੁਸ਼ਟ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਮਕਸਦ ਦਿੱਤਾ, ਉਹ ਮਕਸਦ ਜਿਹੜਾ ਉਹਨਾਂ ਦਾ ਆਪਣਾ ਸੀ, ਉਹ ਏਮ, ਉਹ ਨਿਸ਼ਾਨਾ ਜਿਹੜਾ ਗੁਰੂ ਗੋਬਿੰਦ ਸਿੰਘ ਆਪ ਕਹਿੰਦੇ ਮੇਰਾ ਇਹ ਨਿਸ਼ਾਨਾ ਹੈ, ਤੇ ਜੇ ਤੇ ਉਸ ਨਿਸ਼ਾਨੇ ਦੀ ਪੂਰਤੀ ਲਈ ਤੁਰ ਰਹੇ ਹਾਂ ਸਾਧ ਸੰਗਤ, ਤੇ ਫਿਰ ਗੁਰੂ ਵੀ ਮਹਾਨ ਤੇ ਗੁਰੂ ਦਾ ਖਾਲਸਾ ਸਿੱਖ ਵੀ ਮਹਾਨ, ਤੇ ਜੇ ਸਿਰਫ ਨਿਸ਼ਾਨਾ ਕਿਤਾਬਾਂ ਵਿੱਚ ਗ੍ਰੰਥਾਂ 'ਚ ਦਫ਼ਨ ਰਹਿ ਗਿਆ, ਕਿਵੇਂ ਕਰਿਓ ਫਿਰ? ਅਸੀਂ ਗੁਰੂ ਦੇ ਦੇਣਦਾਰ ਹਾਂ, ਹੁਣ ਉਹ ਨਿਸ਼ਾਨਾ ਕੀ ਹੈ? ਸਤਿਗੁਰੂ ਦੀ ਆਮਦ, ਗੁਰੂ ਸਾਹਿਬ ਆਪ ਕਹਿ ਰਹੇ ਹਮ ਇਹ ਕਾਜ ਜਗਤ ਮੋਆਏ। ਸਾਨੂੰ ਕੋਈ ਪੁੱਛੇ ਵੀ ਘਰ ਤੋਂ ਬਾਜ਼ਾਰ ਕਿਉਂ ਗਿਆ, ਕੁਛ ਨਾ ਕੁਛ ਤੇ ਕਾਰਨ ਹੈ ਨਾ, ਫਿਰ ਗਏ। ਤੁਸੀਂ ਘਰ ਤੋਂ ਕਿਸੇ ਆਫਿਸ 'ਚ ਜਾਂਦੇ ਹੋ, ਬੜੇ ਕੰਮ ਨੇ ਸਮਾਜਿਕ ਤੌਰ ਤੇ, ਐਵੇਂ ਤੇ ਨਹੀਂ ਜਾ ਰਹੇ ਨਾ ਸਾਧ ਸੰਗਤ ਜੀ? ਜਿਹੜਾ ਐਵੇਂ ਜਾ ਰਿਹਾ ਜ਼ਰੂਰ ਉਹ ਦਿਮਾਗੀ ਤੌਰ ਤੇ ਹਿੱਲਿਆ ਹੋਇਆ ਜੀ। ਖਾਲਸਾ ਪੰਥ ਅੱਜ ਗੁਰੂ ਗੋਬਿੰਦ ਸਿੰਘ ਹਜ਼ੂਰ ਦੇ ਪ੍ਰਕਾਸ਼ ਦਿਹਾੜੇ ਤੇ ਸਿਰਫ ਇੰਨੀ ਗੱਲ ਸਮਝ ਲਏ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਦਿੱਤਾ ਸੀ ਸਾਨੂੰ? ਨਿਸ਼ਾਨਾ। ਤੇ ਉਹ ਨਿਸ਼ਾਨਾ ਕੀ ਹੈ ਜਿਹੜਾ ਉਹ ਆਪ ਬੜਾ ਹੀ ਸਪਸ਼ਟ ਕਹਿੰਦੇ ਨੇ, ਹਮ ਇਹ ਕਾਜ ਜਗਤ ਮੋਆਏ। ਕਿਸ ਕੰਮ ਆਏ ਅਸੀਂ? ਤੇ ਤੁਹਾਨੂੰ ਸਾਰਿਆਂ ਨੂੰ ਇਹ ਪੰਕਤੀਆਂ ਯਾਦ ਹਨ, ਧਰਮ ਹੇਤ ਵਿਚਿੱਤਰ ਨਾਟਕ ਦੇ ਅੰਦਰ ਜ਼ਿਕਰ ਜੀ, ਧਰਮ ਹੇਤ ਗੁਰਦੇਵ ਪਠਾਏ। ਕਿਸ ਹੇਤ ਆਏ ਆ? ਸਿਰਫ ਬਿਲਡਿੰਗਾਂ ਉਸਾਰਨ ਲਈ, ਜੋ ਅੱਜ ਅਸੀਂ ਆਪਣਾ ਨਿਸ਼ਾਨਾ ਸਮਝੀ ਬੈਠੇ ਆ, ਧੀਆਂ ਪੁੱਤਰ ਪੈਦਾ ਕਰਨ ਲਈ, ਜਾਂ ਰਾਜ ਭਾਗ ਸੰਸਾਰ ਦੇ ਉੱਤੇ ਆਪਣੀ ਸ਼ੋਹਰਤ ਸ਼ੋਭਾ ਖੱਟਣ ਲਈ? ਪਟਨਾ ਸਾਹਿਬ ਬਹੁਤ ਸੁੱਖ ਸੀ, ਪਾਉਂਟਾ ਸਾਹਿਬ ਬਹੁਤ ਸੁੱਖ ਸੀ, ਅਨੰਦਪੁਰ ਸਾਹਿਬ ਬਹੁਤ ਸੁੱਖ ਸੀ, ਇੱਕ ਤਰ੍ਹਾਂ ਦੀ ਸਲਤਨਤ ਕਾਇਮ ਸੀ, ਧੀਆਂ ਪੁੱਤਰ ਵੀ ਸਨ, ਸੁੱਖ ਸੁਵਿਧਾ ਵੀ ਸੀ ਸਾਧ ਸੰਗਤ, ਪਰ ਹਿੱਤ ਕੀ ਸੀ? ਬਿਲਡਿੰਗਾਂ ਹਿੱਤ ਨਹੀਂ ਸੀ, ਪਰਿਵਾਰ ਹਿੱਤ ਨਹੀਂ ਸੀ, ਖਜ਼ਾਨਾ ਸ਼ੋਹਰਤ ਹਿੱਤ ਨਹੀਂ ਸੀ, ਹਿੱਤ ਕੀ ਸੀ? ਧਰਮ। ਆਹ ਐਨਾਲਿਸਿਸ ਕਰਨਾ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਸਾਹਿਬ ਜੀ ਦੇ ਪ੍ਰਕਾਸ਼ ਦੀ ਗੱਲ ਕਰ ਰਹੇ ਹਾਂ, ਤੇ ਜੇ ਪ੍ਰਕਾਸ਼ ਦਾ ਅਰਥ ਕੀ ਹੈ? ਚਾਨਣ। ਤੇ ਜੇ ਅਸੀਂ ਅਜੇ ਹਨੇਰੇ 'ਚ ਹੀ ਤੁਰੇ ਫਿਰ ਰਹੇ ਹਾਂ, ਫਿਰ ਠੀਕ ਹੈ, ਭਾਵੇਂ 550 ਸਾਲਾਂ 553 ਸਾਲਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਮਨਾਇਆ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਤੇ ਅਸੀਂ ਅੱਗੇ ਤੁਰੇ ਹੋਏ। ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ। ਤੇ ਹੋਰ ਸਪਸ਼ਟ ਕਰਕੇ ਮਹਾਰਾਜ ਨੇ ਕਿਹਾ, ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਹੋ ਸਾਧੂ ਸਭ ਮਨਮੰਗ। ਬੜਾ ਹੀ ਸਪਸ਼ਟ ਜੀ, ਸਾਡਾ ਇੱਕੋ ਹੀ ਮਨੋਰਥ ਹੈ। ਕਮਾਲ ਹੋ ਗਈ ਸਾਧ ਸੰਗਤ, ਇੰਨਾ ਤਿਆਗ, ਸਭ ਕੁਝ ਹੀ ਤਿਆਗ ਦੇ ਗਏ, ਪਰ ਆਪਣਾ ਨਿਸ਼ਾਨਾ ਨਹੀਂ ਤਿਆਗਿਆ। ਇੱਕ ਗੱਲ ਚੇਤੇ ਚ ਰੱਖਿਓ, ਕਦੀ ਗੁਰੂ ਸਾਹਿਬ ਜੀ ਪਟਨਾ ਸਾਹਿਬ ਨੂੰ ਤਿਆਗ ਰਹੇ ਨੇ, ਕਦੀ ਗੁਰੂ ਸਾਹਿਬ ਜੀ ਪਾਉਂਟਾ ਸਾਹਿਬ ਨੂੰ ਛੱਡ ਕੇ ਅਨੰਦਪੁਰ ਸਾਹਿਬ ਜਾ ਰਹੇ ਨੇ, ਅਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਦੀ ਗੜੀ ਵਿੱਚ ਨੇ, ਚਮਕੌਰ ਦੀ ਗੜੀ ਤੋਂ ਦੀਨਾ ਕਾਂਗੜ ਤੱਕ ਦਾ ਸਾਰਾ ਸਫ਼ਰ, ਮੁਕਤਸਰ ਸਾਹਿਬ, ਬਠਿੰਡੇ ਦੀ ਧਰਤੀ, ਦਮਦਮਾ ਸਾਹਿਬ ਤੁਰਦੇ ਹੀ ਜਾਂਦੇ ਨੇ, ਇੱਥੇ ਵੀ ਬੜੇ ਸੁੱਖ ਸੀ।
ਧਰਤੀ ਛੱਡੀ ਹੈ, ਬਿਲਡਿੰਗਾਂ ਛੱਡੀਆਂ ਨੇ, ਧਨ ਦੌਲਤ ਆਸਨ ਸਿੰਘਾਸਨ ਸਭ ਕੁਝ ਛੱਡਿਆ, ਨਿਸ਼ਾਨਾ ਨਹੀਂ ਛੱਡਿਆ ਸਾਧ ਸੰਗਤ ਤੇ। ਖਾਲਸਾ ਪੰਥ ਦੀ ਝੋਲੀ ਚ ਨਿਸ਼ਾਨਾ ਪਾਇਆ ਗੁਰੂ ਸਾਹਿਬ ਜੀ ਨੇ। ਯਾਹੀ ਕਾਜ ਧਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨਮੰਗ। ਤੇ ਬੜੀ ਕਲੀਅਰ ਗੱਲ ਹੈ, ਧਰਮ ਚਲਾਵਨ, ਬੋਲੋ ਨਾ ਸਾਰੇ ਕੀ ਬੋਲਿਆ ਜੀ, ਧਰਮ ਚਲਾਵਨ, ਸੰਤ ਉਭਾਰਨ, ਤੇ ਅਗਲਾ ਨਿਸ਼ਾਨਾ ਕੀ ਹੈ? ਆਉਂਦਾ ਨੀ ਕਿ ਬੋਲਣ ਨੂੰ ਜੀ ਨੀ ਕਰਦਾ ਜੀ? ਅਸੀਂ 92 ਟ੍ਰੈਫਿਕ ਬਣਾ ਕੇ ਬੈਠੇ ਹਾਂ, ਇਸ ਵਾਸਤੇ ਵਿੱਥ ਪੈਂਦੀ ਤੁਰੀ ਜਾ ਰਹੀ ਹੈ। ਨਿਸ਼ਾਨਾ ਹੈ ਦੁਸ਼ਟ ਸਭਨ ਕੋ ਮੂਲ ਉਪਾਰਨ, ਦੁਨੀਆਂ ਤੇ ਜ਼ੁਲਮ ਕਰਨ ਵਾਲੇ, ਅਤਿਆਚਾਰ ਕਰਨ ਵਾਲੇ, ਮਜ਼ਲੂਮਾਂ ਤੇ ਕਹਿਰ ਢਾਉਣ ਵਾਲੇ, ਦੱਬੇ ਕੁਚਲੇ ਲਤਾੜੇ ਕਹਿ ਕੇ ਕਿਸੇ ਨੂੰ ਪੈਰ ਦੀ ਜੁੱਤੀ ਥੱਲੇ ਰੱਖਣ ਵਾਲੇ, ਉਹਨਾਂ ਦੁਸ਼ਟਾਂ ਦੀਆਂ ਜੜਾਂ ਪੁੱਟਣੀਆਂ ਨੇ ਤੇ ਧਰਮ ਦੀ ਧੁਜਾ ਚਲਾਉਣੀ ਹੈ। ਤੇ ਹੁਣ ਐਨਾਲਾਈਜ਼ ਕੀ ਕਰਨਾ ਅਸੀਂ ਜੀ, ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਿਸ਼ਾਨੇ ਤੇ ਤੁਰ ਰਹੇ, ਕੀ ਅਸੀਂ ਉਸ ਨਿਸ਼ਾਨੇ ਨੂੰ ਅਪਣਾਇਆ ਜੀ? ਅਸੀਂ ਖਾਲਸਾ ਪੰਥ ਹਾਂ ਤੇ ਗੱਲ ਸਿਰਫ ਇਕੱਠ ਕਰਨ ਦੀ, ਸ਼ਾਮਿਆਨੇ ਲਾਉਣ ਦੀ, ਲੰਗਰ ਲਾਉਣ ਦੀ ਨਹੀਂ ਹੈ ਸਾਧ ਸੰਗਤ। ਸਾਨੂੰ ਗੁਰੂ ਨੇ ਮਾਰਗ ਦਿੱਤਾ ਤੇ ਸਿੱਖ ਉਹ ਜਿਹੜਾ ਗੁਰੂ ਦੇ ਮਾਰਗ ਦਾ ਪਾਂਧੀ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੇ ਚੱਲੇ ਆ ਤੇ ਸਿੱਖ ਆ, ਜੇ ਨਹੀਂ ਚੱਲੇ ਖਿਮਾ ਕਰਿਓ, ਕੱਪੜੇ ਬਦਲਣ ਨਾਲ ਸਿੱਖ ਨਹੀਂ ਬਣਿਆ ਜਾਣਾ। ਧੰਨ ਦਸ਼ਮੇਸ਼ ਪਾਤਸ਼ਾਹ ਹਜ਼ੂਰ ਦੀਆਂ ਰਹਿਮਤਾਂ ਵੇਖੋ ਨਾ ਜੀ ਤੁਸੀਂ, ਉਹਨਾਂ ਬਰਕਤਾਂ ਨੂੰ ਵਾਚਣ ਦਾ ਕੀ ਕੀਰਤੀ ਕਰਾਂਗੇ ਅਸੀਂ? ਸਾਡੀ ਜ਼ੁਬਾਨ ਕੀ ਕੀਰਤੀ ਕਰ ਸਕਦੀ ਹੈ ਜੀ? ਜੇ ਕਹੀਏ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਥਨ ਕਰਾਂਗਾ, ਦੁਨੀਆਂ ਦੇ ਤਨੰਤਰ ਵਿਦਵਾਨ ਜਿਨ੍ਹਾਂ ਦੀ ਤੁਲ, ਜਿਨ੍ਹਾਂ ਕੋਲ ਸ਼ਬਦ ਉਧਾਰੇ ਲੈ ਕੇ ਅਸੀਂ ਗੁਰੂ ਦੀਆਂ ਗੱਲਾਂ ਕਹਿੰਦੇ, ਆਪਣੇ ਸ਼ਬਦਾਂ ਨਾਲ ਕਹਿਣ ਦੀ ਸਮਰੱਥਾ ਨਹੀਂ ਸਾਡੇ ਅੰਦਰ। ਅੱਜ ਸਿੱਖ ਕੌਮ ਦੇ ਵਿਦਵਾਨ ਜਿਨ੍ਹਾਂ ਕੋਲ ਸ਼ਬਦ, ਉਹ ਕਹਿੰਦੇ ਆ ਕਰਤਾਰ ਕੀ ਸੁਗੰਧ ਵੈ ਨਾਨਕ ਕੀ ਕਸਮ, ਜਿਤਨੀ ਵੀ ਹੋ ਦਸ਼ਮੇਸ਼ ਕੀ ਤਾਰੀਫ ਵੈ ਹੈ ਕੰਮ। ਇੱਕ ਗੱਲ ਉਸ ਵਿਦਵਾਨ ਨੇ ਬੜੀ ਕਮਾਲ ਦੀ ਕਹੀ, ਵੇਖੋ ਕਿੰਨਾ ਬੇਪਰਵਾਹ ਹੈ ਉਹ ਲਿਖਾਰੀ। ਉਹ ਕਹਿੰਦੇ ਮੈਂ ਮੰਨਦਾ ਕਿ ਮੇਰੇ ਕੋਲ ਸ਼ਬਦਾਂ ਦਾ ਬਹੁਤ ਵੱਡਾ ਭੰਡਾਰ ਹੈ, ਮੇਰੀ ਕਲਮ ਵਿੱਚ ਬੜੀ ਸੱਤਿਆ ਹੈ, ਪਰ ਜਦੋਂ ਮੈਂ ਕਲਮ ਨਾਲ ਗੁਰੂ ਗੋਬਿੰਦ ਸਿੰਘ ਦੀ ਕੀਰਤੀ ਲਿਖਦਾ ਉਦੋਂ ਮੇਰੀ ਕਲਮ ਬੇਵੱਸ ਹੋ ਜਾਂਦੀ ਹੈ। ਸਾਡੀ ਜ਼ੁਬਾਨ ਕੀ ਕੀਰਤੀ ਕਰੇਗੀ? ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂ ਵਸਤ ਕਹਾਂ ਤਾਬੇ ਰਕਮ ਹੈ। ਮੇਰੇ ਵਿੱਚ ਸਮਰੱਥਾ ਕਿਤੇ ਕਿ ਮੈਂ ਸਤਿਗੁਰ ਜੀ ਦੇ ਗੁਣ ਬਿਆਨ ਕਰ ਸਕਾਂ? ਇੱਕ ਆਂਖ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ, ਕਹਿੰਦੇ ਤੇ ਉਹ ਗੱਲ ਹੋਈ ਕਿ ਅਨੰਤ ਅਥਾ ਸਮੁੰਦਰ ਹੈ ਨਾ, ਤਿੰਨ ਹਿੱਸੇ ਦੁਨੀਆਂ ਤੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਹੁਣ ਤਿੰਨ ਹਿੱਸੇ ਸਮੁੰਦਰ ਦੇ ਵਿੱਚੋਂ ਇੱਕ ਬੁਲਬੁਲਾ ਇੱਕ ਬੂੰਦ ਵਿੱਚੋਂ ਪੈਦਾ ਹੋਇਆ, ਇੱਕ ਕਤਰੇ ਵਿੱਚੋਂ ਇੱਕ ਬੁਲਬੁਲਾ ਪੈਦਾ ਹੋਇਆ, ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕਰਨੀ ਅੱਲਾ ਯਾਰ ਖਾਨ ਜੋਗੀ ਕਹਿੰਦੇ ਏਦਾਂ ਹੈ ਵੀ ਜਿਵੇਂ ਕੋਈ ਕਹੇ ਕਿ ਉਸ ਸਮੁੰਦਰ ਦੇ ਵਿੱਚੋਂ ਹੀ ਪੈਦਾ ਹੋਇਆ ਇੱਕ ਕਤਰਾ ਜਿਹਦੀ ਆਪਣੀ ਕੋਈ ਹੋਂਦ ਨਹੀਂ ਹੈ, ਸਮੁੰਦਰ ਦੇ ਪਾਣੀ ਵਿੱਚੋਂ ਹੀ ਬੁਲਬੁਲਾ ਪੈਦਾ ਹੋਇਆ, ਤੇ ਉਹ ਬੁਲਬੁਲਾ ਕਹੇ ਕਿ ਮੈਂ ਹੁਣ ਸਾਰੇ ਸਮੁੰਦਰ ਨੂੰ ਜਾਣ ਲਿਆ ਹੈ, ਇਹ ਬੜੀ ਅਗਿਆਨਤਾ ਹੋਏਗੀ ਸਾਧ ਸੰਗਤ। ਅਸੀਂ ਗੁਰੂ ਵਿੱਚੋਂ ਹੀ ਪੈਦਾ ਹੋਏ, ਅਸੀਂ ਗੁਰੂ ਦਾ ਕੀ ਭੇਦ ਜਾਣਾਂਗੇ, ਕੀ ਕੀਰਤੀ ਬਿਆਨ ਕਰਾਂਗੇ ਅਸੀਂ? ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਕੀ ਸਮਰੱਥਾ ਹੈ ਬੁਲਬੁਲੇ ਦੀ ਕਿਉਂਕਿ ਮੈਂ ਸਾਰਾ ਸਮੁੰਦਰ ਵੇਖ ਲਿਆ। ਮਜ਼ਦਾਰ ਕੋ ਵੇਖੇ, ਸਾਹਿਲ ਕੋ ਦੇਖੇ ਜਾਂ ਲਹਿਰ ਕੋ ਦੇਖੇ, ਕਿਸ ਚੀਜ਼ ਨੂੰ ਤੱਕ ਸਕਦੇ ਅਸੀਂ, ਕਿਵੇਂ ਬਿਆਨ ਕਰ ਸਕਦੇ ਅਸੀਂ?
ਤੇ ਉੜ ਕੇ ਕਹਿਣਾ ਪਿਆ ਕਿ ਦੁਨੀਆਂ ਦੇ ਲੋਕੋ ਜੇ ਮੁਤਸਬ ਤੋਂ ਉੱਪਰ ਉੱਠ ਕੇ ਸੋਚੋ, ਅੱਜ ਮੁਤਸਬ ਨੇ ਖਾ ਲਿਆ ਸੰਸਾਰ ਨੂੰ ਸਾਹ, ਜਿੱਥੇ ਮੁਤਸਬ ਹੁੰਦਾ ਨਾ ਜਿੱਥੇ ਕੱਟੜਤਾ ਹੁੰਦੀ ਹੈ ਉੱਥੇ ਸੋਚ ਸੌੜੀ ਹੁੰਦੀ ਹੈ। ਸਿੱਖੀ ਦੇ ਅੰਦਰ ਕੱਟੜਤਾ ਵਾਸਤੇ ਕੋਈ ਜਗ੍ਹਾ ਨਹੀਂ। ਸਿੱਖੀ ਕੋਮਲਤਾ ਦਾ ਨਾਂ ਹੈ, ਕਰੂਰਤਾ ਦਾ ਨਾਂ ਨਹੀਂ। ਸਿੱਖੀ ਚ ਦ੍ਰਿੜਤਾ ਹੈ, ਸਿੱਖੀ ਚ ਪਰਪਕਤਾ ਹੈ, ਸਿੱਖੀ ਚ ਗੌਰਵ ਹੈ, ਕੱਟੜਤਾ ਨਹੀਂ ਹੈ ਸਤਸੰਗ। ਅੱਲਾ ਯਾਰ ਖਾਂ ਜੋਗੀ ਕਹਿੰਦੇ ਆ ਕਿ ਜੇ ਸੰਸਾਰ ਕੱਟੜਤਾ ਨੂੰ ਪਾਸੇ, ਮੁਤਸਬ ਨੂੰ ਪਾਸੇ ਰੱਖ ਕੇ, ਫਿਰਕੂ ਈਰਖਾ ਨੂੰ ਪਾਸੇ ਰੱਖ ਕੇ ਸੱਚੀ ਮੁੱਚੀ ਜੇ ਸਾਰੀ ਦੁਨੀਆਂ ਨੂੰ ਨਿਆਂ ਕਰਨਾ ਪਵੇ ਤੇ ਸਾਰੇ ਸੰਸਾਰ ਨੂੰ ਇੱਕ ਜ਼ੁਬਾਨ ਹੋ ਕੇ ਕਹਿਣਾ ਪਏਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰੇ ਵਰਗਾ ਦੁਨੀਆਂ ਤੇ ਦੂਸਰਾ ਕੋਈ ਨਹੀਂ ਹੋ ਸਕਦਾ। ਇਨਸਾਫ ਕਰੇ ਜੀ ਮੇ ਜ਼ਮਾਨਾ ਤੋ ਕਹਿ ਦੇ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਾ ਕੋਈ ਸਾਨੀ ਹੀ ਨਹੀਂ ਹੈ। ਕਿਹਦੇ ਨਾਲ ਤੁਲਨਾ ਕੀਤੀ ਜਾਏ, ਕਿਹਦੇ ਨਾਲ ਬਰਾਬਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀਤੀ ਜਾ ਸਕਦੀ ਹੈ। ਮੁਤਸਬ ਦੀਆਂ ਨਜ਼ਰਾਂ ਨੂੰ ਪਾਸੇ ਰੱਖ ਕੇ ਕਾਸ਼ ਕਿਤੇ ਇਸ ਧਰਤੀ ਦੇ ਅੰਦਰੋਂ ਧਾਰਮਿਕ ਕੱਟੜਤਾ ਖਤਮ ਹੁੰਦੀ ਤੇ ਸੱਚੀ ਮੁੱਚੀ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਦੀਦ ਕਰਕੇ ਠੰਡ ਵਰਤ ਜਾਣੀ ਸੀ। ਤੁਸੀਂ ਵੇਖੋ ਨਾ ਉਹਨਾਂ ਦ੍ਰਿਸ਼ਟੀਆਂ ਨੂੰ, ਹਜ਼ੂਰ ਪ੍ਰਗਟ ਹੁੰਦੇ ਆ ਕਿਤੇ ਸਾਨੂੰ ਉਹ ਅੱਖ ਨਸੀਬ ਹੋ ਜਾਏ। ਸਭ ਤੋਂ ਪਹਿਲੀ ਕਿਹੜੀ ਅੱਖ ਹੈ ਜਿਹੜੀ ਖੁਦਾਈ ਨੂਰ ਨੂੰ ਪਹਿਚਾਣਦੀ ਹੈ? ਉੱਥੇ ਹੈ ਮੁਤਸਬ ਕਿਤੇ? ਪੀਰ ਭੀਖਣ ਸ਼ਾਹ ਕਿੱਡੇ ਰਮਜ਼ ਭਰੇ ਦੀਦਾਰ ਨੇ ਤੇ ਕਿੱਡੀਆਂ ਰਮਜ਼ ਭਰੀਆਂ ਗੱਲਾਂ ਨੇ। ਹੁਣ ਗੁਰੂ ਕੋਲ ਜਾ ਕੇ ਸਭ ਤੋਂ ਪਹਿਲਾਂ ਕੀ ਹੋਇਆ ਕਿ ਗੁਰੂ ਨੂੰ ਸਵਾਲ ਕੀਤੇ ਜੀ ਭੀਖਣ ਸ਼ਾਹ ਜੀ ਨੇ। ਦੁਨੀਆਂ ਹੈਰਾਨ ਹੈ, ਨਾਲ ਖੜੇ ਮੁਰੀਦ ਹੈਰਾਨ ਨੇ ਕਿ ਡੇਢ ਦੋ ਮਹੀਨੇ ਦਾ ਬਾਲਕ ਹੈ ਉਹਨਾਂ ਦੀ ਦ੍ਰਿਸ਼ਟੀ ਹੈ ਨਾ ਜੀ, ਤੇ ਤੁਸੀਂ ਡੇਢ ਦੋ ਮਹੀਨੇ ਦੇ ਬਾਲਕ ਨਾਲ ਕਿਹੜੇ ਸਵਾਲ ਕਰ ਲਏ ਤੁਸੀਂ? ਭੀਖਣ ਸ਼ਾਹ ਜੀ ਕਹਿੰਦੇ ਮੈਂ ਆਪਣੇ ਸ਼ੰਕੇ ਨਿਵਿਰਤ ਕਰਨ ਆਇਆ, ਮੈਂ ਕੁਝ ਗੱਲਾਂ ਪੁੱਛਣ ਆਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ। ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ? ਗੁਰੂ ਨੂੰ ਦੇਖਣ ਵਾਲੀ ਅੱਖ। ਕਾਸ਼ ਕਿਤੇ ਅਸੀਂ ਵੀ ਗੁਰੂ ਨਾਲ ਗੱਲਾਂ ਕਰਨ ਆਉਂਦੇ ਤੇ ਜੇ ਗੱਲਾਂ ਕਰਨ ਜੋਗੇ ਹੁੰਦੇ ਯਕੀਨ ਕਰਿਓ ਸਾਡੇ ਸ਼ੰਕੇ ਮਿਟ ਜਾਣੇ ਸੀ। ਭੀਖਣ ਸ਼ਾਹ ਜੀ ਨੇ ਗੱਲਾਂ ਕੀਤੀਆਂ ਤੇ ਸਾਡੇ ਵਾਲੇ ਹੀ ਸਵਾਲ ਉਹਨਾਂ ਦੇ ਮਨ ਚ ਆਇਆ ਸੀ ਜਿਹੜੇ ਕੋਲ ਖੜੇ ਮਰੀਜ਼ ਸੀ। ਕਹਿੰਦੇ ਅਸੀਂ ਤੇ ਭਾਸ਼ਾ ਨਹੀਂ ਸੁਣੀ, ਅਸੀਂ ਤੇ ਅੱਖਰ ਨਹੀਂ ਸੁਣੇ, ਅਸੀਂ ਤੇ ਬੋਲੀ ਨਹੀਂ ਸੁਣੀ, ਤੁਸੀਂ ਕਿਹੜੀਆਂ ਗੱਲਾਂ ਕੀਤੀਆਂ, ਕਿਹੜੇ ਸ਼ੰਕੇ ਨਿਵਿਰਤ ਕੀਤੇ? ਹੁਣ ਉਹ ਰਮਜ਼ ਨੂੰ ਪਹਿਚਾਣੀਏ। ਦੋ ਚਿੰਨ ਠੀਕ ਹੈ, ਉੱਥੇ ਕਿਸੇ ਨੇ ਲਿਖਿਆ ਮਠਿਆਈ ਦੀ ਕੁੱਜੀ ਸੀ, ਕਿਸੇ ਨੇ ਕਿਹਾ ਦੁੱਧ ਦੀ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਤੇ ਇਹਨਾਂ ਗੱਲਾਂ ਨੂੰ ਬਹਿਸ ਦਾ ਵਿਸ਼ਾ ਬਣਾ ਲਿਆ, ਇਸੇ ਗੱਲ ਨੂੰ ਗਿਆਨ ਸਮਝ ਲਿਆ ਕਿ ਮੈਂ ਤੱਥ ਕੱਢਿਆ ਉਹ ਦੁੱਧ ਦੀ ਕੁੱਜੀ ਸੀ ਕਿ ਜਾਂ ਮਠਿਆਈ ਦੀ ਕੁੱਜੀ ਸੀ। ਦੋ ਸਵਾਲ ਸਨ, ਉਹੀ ਸਵਾਲ ਜਿਹੜੇ ਗੁਰੂ ਨਾਨਕ ਅੱਗੇ ਸੀ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਜੀ ਦੱਸੋ ਤੁਸੀਂ। ਤੇ ਮੇਰੇ ਸਤਿਗੁਰੂ ਜੀ ਨੇ ਦੋਨਾਂ ਤੇ ਹੱਥ ਰੱਖੇ ਸੀ। ਕਾਸ਼ ਅੱਜ ਝੂਠ ਬੋਲਦੇ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਦਾ ਸਤਿਕਾਰ ਕਰਦੇ ਹਾਂ, ਜੇ ਕਿਤੇ ਇਸ ਦੇਸ਼ ਨੂੰ ਅੱਜ ਵਾਕਈ ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਸਮਝ ਆਇਆ ਹੁੰਦਾ ਤੇ ਸ਼ਾਇਦ ਜਿਹੜੇ ਝਗੜੇ ਪਏ ਆ ਨਾ ਪਏ ਹੁੰਦੇ। ਗੁਰੂ ਨੇ ਦੋਨਾਂ ਤੇ ਹੱਥ ਰੱਖਿਆ ਸੀ ਸਤਸੰਗ, ਇਹ ਸੁਨੇਹਾ ਸੀ ਸੱਚੇ ਪਾਤਸ਼ਾਹ ਹਜ਼ੂਰ ਦਾ। ਸ਼ੰਕੇ ਨਿਵਿਰਤ ਹੋ ਗਏ, ਗੁਰੂ ਕੋਲ ਆਇਆ ਸ਼ੰਕੇ ਮਿਟਦੇ ਆ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਬੋਲੋ ਨਾ ਪਿਆਰੇ ਰਸਨਾ ਪਵਿੱਤਰ ਹੋਏਗੀ। ਵਿਦਿਆਰਥੀ ਹੋ ਤੁਸੀਂ, ਹਾਜ਼ਰ ਹੋਵੋਗੇ। ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਗੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕੱਟੈ ਗੁਰ ਕਾ ਸਿੱਖ। ਕਿੱਦਾਂ ਮੇਰਾ ਸਤਿਗੁਰੂ ਕਲਾਵੇ ਚ ਲੈ ਰਿਹਾ ਸਾਨੂੰ ਸਤਸੰਗ। ਸ਼ੰਕੇ ਮਿਟਦੇ ਆ ਗੁਰੂ ਕੋਲ ਆਇਆ, ਪਰ ਗੁਰੂ ਨਾਲ ਗੱਲਾਂ ਕਰਨ ਵਾਸਤੇ ਆ। ਸਵਾਲ ਕਰ ਗੁਰੂ ਨੂੰ, ਕੋਈ ਇਤਰਾਜ਼ ਨਹੀਂ ਹੈ।
ਕਦੀ ਜਾਣਨਾ ਹੈ ਨਾ ਜੀ, ਮੁਤਸਬ ਤੋਂ ਉੱਪਰਲੀ ਅੱਖ ਤੇ ਪੰਡਿਤ ਸ਼ਿਵਦਾਤ ਨੂੰ ਪੁੱਛ ਕੇ ਵੇਖੀਏ। ਉਹ ਦੁਹਾਈ ਦੇ ਕੇ ਕਹਿੰਦਾ ਮੈਂ ਜਿਹਨੂੰ ਢੂੰਡਦਾ ਸੀ ਮੈਨੂੰ ਮਿਲ ਗਿਆ, ਜਿਹਨੂੰ ਲੱਭਦਾ ਸੀ ਉਹ ਮੈਨੂੰ ਮਿਲ ਗਿਆ। ਤੇ ਉਹਨੂੰ ਲੋਕੀ ਪੁੱਛਣ ਆਉਂਦੇ ਨੇ ਸ਼ਿਵਦਾਤ ਤੈਨੂੰ ਧੀਰਜ ਕਿੱਥੋਂ ਮਿਲਿਆ, ਤੇਰੀ ਭੁੱਖ ਕਿਵੇਂ ਮਿੱਟੀ, ਜੈਸੀ ਭੁੱਖ ਤੈਸੀ ਕਾ ਪੂਰਕ, ਦੁਨੀਆਂ ਦੀ ਕਿਹੜੀ ਬਖਸ਼ਿਸ਼ ਗੁਰੂ ਦੇ ਕੋਲੋਂ ਨਹੀਂ ਪ੍ਰਾਪਤ ਹੁੰਦੀ ਭਾਈ, ਕਦੀ ਪੁੱਛੀ ਉਹਨਾਂ ਨੂੰ। ਉਹ ਕਹਿੰਦੇ ਜਿਹਨੂੰ ਮੈਂ ਢੂੰਡਦਾ ਸੀ ਮੈਨੂੰ ਮਿਲ ਗਿਆ, ਮੈਂ ਪਾ ਲਿਆ। ਤੇ ਉਹ ਪੰਡਿਤ ਸ਼ਿਵਦਤ ਦਾ ਸਤਿਕਾਰ ਕਰਨ ਵਾਲੀ ਰਾਣੀ ਬਿਸ਼ੰਬਰਾ ਰਾਜਾ ਫਤਿਹ ਚੰਦ, ਉਹ ਕਹਿੰਦੇ ਫਿਰ ਸਾਨੂੰ ਦੱਸੋ ਕਿ ਤੁਹਾਡੀ ਭੁੱਖ ਮਿੱਟੀ, ਸਾਡੀ ਕਿਵੇਂ ਮਿਟੇਗੀ, ਤੁਹਾਡੀ ਨਿਸ਼ਾ ਹੋਈ, ਤੁਹਾਨੂੰ ਸਬਰ ਸੰਤੋਖ ਮਿਲਿਆ, ਤੁਹਾਡੀ ਢੂੰਡ ਪੂਰੀ ਹੋ ਗਈ, ਸਾਨੂੰ ਦੱਸੋ ਸਾਡੀ ਕਿਵੇਂ ਮਿਟੇਗੀ। ਤੇ ਜੁਗਤ ਕੀ ਦੱਸੀ ਸੀ ਜੀ ਉਹਨਾਂ ਨੇ, ਕਿਉਂਕਿ ਸਵਾਲ ਸਾਡੇ ਸਾਰਿਆਂ ਦਾ, ਸਾਡੀ ਕਿਵੇਂ ਮਿਟੇਗੀ। ਪੰਡਿਤ ਸ਼ਿਵਦਾਤ ਨੇ ਕਿਹਾ ਸੀ ਫਤਿਹ ਚੰਦ ਨੂੰ, ਰਾਣੀ ਬਿਸ਼ੰਬਰਾ ਨੂੰ, ਕਹਿੰਦੇ ਇੱਕੋ ਇੱਕ ਤਰੀਕਾ ਹੈ ਪਿਆਰ, ਜਿੱਦਣ ਪਿਆਰ ਦਾ ਖਜ਼ਾਨਾ ਪੂਰਾ ਹੋ ਗਿਆ ਉਦਣ ਤੁਹਾਨੂੰ ਢੂੰਡਣ ਦੀ ਲੋੜ ਨਹੀਂ, ਗੁਰੂ ਗੋਬਿੰਦ ਸਿੰਘ ਚੱਲ ਕੇ ਤੁਹਾਡੇ ਘਰ ਆਉਣ। ਕਾਸ਼ ਕਿਤੇ ਸਾਨੂੰ ਸੁਨੇਹਾ ਚੇਤੇ ਰਹਿੰਦਾ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ, ਇਹੀ ਇਬਾਦਤ ਸੀ, ਇਹੀ ਬੰਦਗੀ ਸੀ, ਇਹੀ ਭਗਤੀ ਸੀ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਬਖਸ਼ਿਸ਼ ਕੀਤੀ। ਤੇ ਜਿੱਦਣ ਉਹ ਪਿਆਰ ਦਾ ਜ਼ਖੀਰਾ ਇਕੱਠਾ ਹੋਇਆ ਉਦਣ ਭੁੱਖਾਂ ਮਿਟਾਉਣ ਵਾਲਾ ਰਾਣੀ ਬਿਸ਼ੰਬਰਾਂ ਦੀ ਗੋਦ ਵਿੱਚ ਬਹਿ ਕੇ ਕਹਿੰਦਾ ਮਾਂ ਕੀ ਬਣਾਇਆ ਖਾਣ ਨੂੰ, ਕਾਹਦੀ ਭੁੱਖ ਸੀ ਜੀ, ਉਹ ਕੀ ਉਹ ਛੋਲੇ ਪੂਰੀਆਂ ਦੀ ਭੁੱਖ ਸੀ। ਤੇ ਸਾਨੂੰ ਸਰੋਤ ਦੱਸਦੇ ਆ ਨਾ ਕਿ ਗੋਬਿੰਦ ਭਾਓ ਭਗਤ ਦਾ ਭੁੱਖਾ, ਕਿੱਡਾ ਵੱਡਾ ਬੋਲ ਕਹਿ ਦਿੱਤਾ ਭੁੱਖਾ, ਮੇਰਾ ਗੁਰ ਪਰਮੇਸ਼ਰ ਭੁੱਖਾ, ਹਾਂ ਉਹ ਭੁੱਖਾ ਹੀ ਹੈ। ਉਹਨੂੰ ਰੁਮਾਲੇ ਚਾੜਨ ਵਾਲੇ ਬੜੇ ਨੇ, ਉਹਨੂੰ ਪੈਸੇ ਚਾੜਨ ਵਾਲੇ ਬੜੇ ਨੇ, ਪਰ ਪ੍ਰੇਮ ਭੇਟਾ ਕਰਨ ਵਾਲਾ ਅੱਜ ਲੱਭਦਾ ਕੋਈ ਬਿਰਲਾ ਸਾਧ ਸੰਗਤ। ਇਸ ਲਈ ਜਿਹੜੀ ਚੀਜ਼ ਘੱਟ ਮਿਲਦੀ ਹੋਵੇ ਉਹਦੀ ਭੁੱਖ ਹੁੰਦੀ ਹੈ ਨਾ ਜੀ। ਅਸੀਂ ਰੁਮਾਲੇ ਤੇ ਪੈਸੇ ਚਾੜ ਕੇ ਗੁਰੂ ਨੂੰ ਖਰੀਦਣਾ ਚਾਹ ਰਹੇ, ਕਮਾਲ ਹੋ ਗਈ। ਉਹ ਤਾਂ ਸਿਦਕ ਵੇਖੋ ਰਾਣੀ ਬਿਸ਼ੰਬਰਾਂ ਦਾ ਤੇ ਫਤਿਹ ਚੰਦ ਦਾ, ਜਿਹੜੀ ਛੋਲੇ ਤੇ ਪੂਰੀਆਂ ਬਣਾ ਕੇ ਪਹਿਲਾਂ ਉਡੀਕ ਰਹੀ ਹੈ, ਇਹ ਭਰੋਸਾ ਹੈ ਜਿਹੜਾ ਗੁਰੂ ਨੂੰ ਆਪਣੇ ਵੱਲ ਖਿੱਚਦਾ। ਸੁਭਾਗੇ ਸਿੱਖੋ ਆਪਾਂ ਸਾਰਿਆਂ ਨੂੰ ਪਤਾ ਇੱਕ ਫਲ ਦਾ ਬੂਟਾ ਘਰ ਚ ਹੋਵੇ ਨਾ, ਮੈਂ ਅਕਸਰ ਸੋਚਦਾ ਕਹਿੰਦਾ ਹੁੰਦਾ ਇੱਕ ਬੂਟਾ ਘਰ ਲੱਗਿਆ ਹੋਵੇ ਤੇ ਚਾਰ ਬੱਚੇ ਕੋਲੋਂ ਦੀ ਲੰਘ ਜਾਣ, ਸਮਝ ਲਓ ਬੂਟਾ ਖਤਮ, ਫਲ ਖਤਮ। ਪਰ ਦੂਜੇ ਪਾਸੇ ਰਹੀਮ ਬਖਸ਼ ਤੇ ਕਰੀਮ ਬਖਸ਼ ਕਹਿੰਦੇ ਨੇ ਹੇ ਕਲਗੀਆਂ ਵਾਲੇ ਸਤਿਗੁਰੂ, ਹੇ ਧੰਨ ਗੁਰੂ, ਠੀਕ ਹੈ ਉਸ ਵੇਲੇ ਨਾਂ ਕੀ ਬਿਆਨ ਕਰਦੇ ਸੀ ਪਰ ਅਸੀਂ ਸੱਚੇ ਸਾਹਿਬ ਜੀ ਨੂੰ ਉਸੇ ਅਦਬ ਨਾਲ ਯਾਦ ਕਰਾਂਗੇ ਜੋ ਉਹਨਾਂ ਦਾ ਸਰੂਪ ਹੈ। ਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੁਸੀਂ ਸਾਡੇ ਬਾਗ ਵਿੱਚ ਚਰਨ ਪਾਓ ਤੇ ਫਿਰ ਬਾਗੀ ਬਹਾਰ ਆਉਂਦੀ ਹੈ, ਉੱਜੜਦਾ ਨਹੀਂ ਹੈ, ਆਓ ਤੁਸੀਂ, ਤੁਸੀਂ ਤੋੜ ਤੋੜ ਕੇ ਫਲ ਖਾਵੋ। ਤੇ ਉਸ ਬਾਗ ਨੂੰ ਅੱਜ ਗੁਰੂ ਕਾ ਬਾਗ ਇਹ ਨਹੀਂ ਕਿਹਾ ਜਾਂਦਾ, ਇਹ ਰਹੀਮ ਬਖਸ਼ ਤੇ ਕਰੀਮ ਬਖਸ਼ ਦਾ ਬਾਗ ਹੈ, ਉਹਨੂੰ ਕਹਿੰਦੇ ਗੁਰੂ ਕਾ ਬਾਗ ਹੈ। ਕਦੀ ਦਾਨਾਪੁਰ ਵਾਲੀ ਮਾਤਾ ਨੂੰ ਪੁੱਛੀਏ ਜਿਹੜੀ ਹਾਂਡੀ ਚ ਖਿਚੜੀ ਰਿੰਨ ਕੇ ਉਡੀਕਦੀ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਣ ਤੇ ਮੈਂ ਚੌਂਕੇ ਚ ਬਿਠਾ ਕੇ ਖਵਾਵਾਂ। ਭਾਓ ਭਗਤ ਦਾ ਭੁੱਖਾ ਚੁੱਲ੍ਹੇ ਚੌਂਕੇ ਕੋਲ ਬੈਠ ਕੇ ਉਸ ਮਾਂ ਦੀ ਖਿਚੜੀ ਪ੍ਰਵਾਨ ਕਰਦਾ। ਉਹ ਕਿੰਨੀਆਂ ਰੂਹਾਂ ਨੇ, ਕਦੀ ਪੀਰ ਬੁੱਧੂ ਸ਼ਾਹ ਜੀ ਨੂੰ ਪੁੱਛੀਏ ਕਿਉਂ ਪੁੱਤਰ ਕੁਰਬਾਨ ਕਰਨ ਤੁਰ ਪਿਆ, ਕਦੀ ਬੀਬੀ ਨਸੀਰਾਂ ਨੂੰ ਪੁੱਛੀਏ ਸਾਧ ਸੰਗਤ। ਗੁਰੂ ਗੋਬਿੰਦ ਸਿੰਘ ਜੀ ਕੋਲ ਪਿਆਰ ਹੈ, ਕਦੀ ਨਿਹੰਗ ਖਾਂ ਨੂੰ ਪੁੱਛੀਏ ਨਾ, ਕਦੀ ਨਬੀ ਖਾਂ ਗਨੀ ਖਾਂ ਨੂੰ ਪੁੱਛੀਏ, ਅਸੀਂ ਪਤਾ ਨੀ ਕਿੱਥੇ ਗੁਆਚੇ ਸਾਧ ਸੰਗਤ, ਉਹ ਪਿਆਰ ਵਾਲੀ ਇਬਾਦਤ ਭੁੱਲ ਗਏ। ਮੇਰਾ ਗੁਰੂ ਹੈਰਾਨੀ ਦੀ ਗੱਲ ਹੈ, ਮੈਂ ਵੇਖਦਾ ਪਟਨਾ ਸਾਹਿਬ ਦੀ ਧਰਤੀ ਤੇ ਕਿਸੇ ਨੂੰ ਮਾਂ ਕਹਿ ਰਿਹਾ, ਜਦੋਂ ਉਹ ਪਿਆਰ ਦੀ ਗੱਲ ਕਰਦਾ ਨਾ ਧੰਨ ਗੁਰੂ ਗੋਬਿੰਦ ਸਿੰਘ,
ਉਦੋਂ ਸਾਰੀ ਦੁਨੀਆਂ ਉਹਨਾਂ ਵਾਸਤੇ ਆਪਣੀ ਹੈ, ਸਾਰੀ ਦੁਨੀਆਂ ਨਾਲ ਰਿਸ਼ਤਾ ਹੈ। ਕਿਸੇ ਨੂੰ ਮਾਂ ਕਹਿ ਰਿਹਾ, ਕਿਸੇ ਨੂੰ ਲਿਖ ਕੇ ਦੇ ਰਿਹਾ ਕਿ ਨਬੀ ਖਾਨ ਗਨੀ ਖਾਨ ਜੋ ਹੈ ਸੋ ਮੇਰੇ ਫਰਜ਼ੰਦ ਹੈ, ਇਹ ਮੇਰੇ ਪੁੱਤਰ ਨੇ। ਕਿਸੇ ਨੂੰ ਮਾਂ ਕਹਿ ਰਿਹਾ, ਕਿਸੇ ਨੂੰ ਪੁੱਤਰ ਕਹਿ ਰਿਹਾ। ਜਦੋਂ ਪਿਆਰ ਦੀ ਗੱਲ ਆਉਂਦੀ ਹੈ ਤੇ ਸਾਰਾ ਸੰਸਾਰ ਉਹਨਾਂ ਦਾ ਆਪਣਾ, ਤੇ ਜਦੋਂ ਮੋਹ ਦੀ ਗੱਲ ਆਉਂਦੀ ਹੈ ਤੇ ਫਿਰ ਛਿੰਨ ਨਹੀਂ ਲੱਗਦਾ, ਸਾਰੇ ਸੰਸਾਰ ਨੂੰ ਛੱਡ ਕੇ ਤੁਰ ਪੈਂਦੇ। ਉਹ ਪਿਆਰ ਦਾ ਸਮੁੰਦਰ ਨੇ ਜੀ, ਤੇ ਉਹਨਾਂ ਨੂੰ ਪਿਆਰ ਨਾਲ ਪਾਇਆ ਜਾ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਹਜ਼ੂਰ ਦਾ ਪ੍ਰਗਟ ਹੋਣਾ ਕੈਸੀਆਂ ਅਜ਼ਮਤਾਂ ਨੇ ਜੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਰਵਰਿਸ਼ ਜ਼ਿਕਰ ਕੀਤਾ ਮਹਾਰਾਜ ਨੇ। ਅੱਜ ਅਸੀਂ ਸਿੱਖ ਅਖਵਾਣ ਵਾਲੇ ਇੱਕ ਗੱਲ ਪੱਲੇ ਚ ਬੰਨ ਲਈਏ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਹਿੰਦੇ ਆ ਕਿ ਮੇਰੇ ਮਾਤਾ ਪਿਤਾ ਨੇ ਮੇਰੀ ਪਰਵਰਿਸ਼ ਕਿੱਦਾਂ ਕੀਤੀ। ਬਹੁਤ ਵੱਡਾ ਅਸਰ ਹੈ ਜ਼ਿੰਦਗੀ ਚ ਪਰਵਰਿਸ਼ ਦਾ। ਆਖਰ ਕਿਹੜੀ ਤਾਕਤ ਹੈ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਕੋਲ ਕਿ ਉਹ ਸੂਬੇ ਦੀ ਸਭਾ ਦੇ ਅੰਦਰ 7 ਵਰਿਆਂ ਦਾ ਬਾਲਕ ਕੋਈ 750 ਸਾਲ ਦੀ ਹਕੂਮਤ ਦੇ ਸਾਹਮਣੇ ਵਕਾਲਤ ਕਰਦਾ ਵੇਖਿਆ। ਤੇ ਬਾਬਾ ਫਤਿਹ ਸਿੰਘ ਵਕਾਲਤ ਕਰਦੇ ਆ, 750 ਸਾਲ ਦੀ ਜਿਹੜੀ ਹਕੂਮਤ ਹੈ ਉਹਦੇ ਜੱਜਮੈਂਟ ਦੇਣ ਵਾਲੇ ਜੱਜ ਖੜੇ ਨੇ, ਠੀਕ ਹੈ। ਜਿਹੜਾ ਵੀ ਸ਼ਬਦ ਹੁੰਦਾ ਉਹਨਾਂ ਨੂੰ ਕਿਹਾ ਜਾਂਦਾ ਸੀ, ਭਾਵੇਂ ਕਾਜ਼ੀ ਕਹਿੰਦੇ ਸੀ, ਮੁੱਲਾ ਕਹਿੰਦੇ ਸੀ, ਹੈ ਤੇ ਜੱਜ ਸੀ ਨਾ ਜੱਜਮੈਂਟ ਦੇਣ ਵਾਲੇ। ਕਿੰਨੇ ਨਿਪੁੰਨ, ਕਿੰਨੇ ਚਤਰ, ਲਫ਼ਜ਼ਾਂ ਦੇ ਹੇਰ ਫੇਰ ਜਾਣਨ ਵਾਲੇ, ਛਲਣ ਵਾਲੇ, ਫਰੇਬੀ ਬੰਦੇ। ਤੇ 7 ਵਰਿਆਂ ਦੇ ਬਾਬਾ ਫਤਿਹ ਸਿੰਘ ਜਦੋਂ ਵਕਾਲਤ ਕਰਦੇ ਆ ਤੇ ਜੱਜਮੈਂਟ ਦੇਣ ਵਾਲੇ ਜੱਜਾਂ ਦੀਆਂ ਮੂੰਹ ਚੁੰਗਲਾਂ ਪੈ ਜਾਂਦੀਆਂ। ਕੀ ਸੀ ਪਿੱਛੇ? ਪਰਵਰਿਸ਼, ਪਾਲਣ ਪੋਸ਼ਣ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਵੇਂ ਕੀਤਾ ਆਪਣੇ ਲਾਲਾਂ ਦਾ? ਅੱਜ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਨਾ, ਗੁਰੂ ਸਾਹਿਬ ਆਪ ਕਹਿੰਦੇ ਕਿ ਮੇਰੇ ਮਾਤਾ ਪਿਤਾ ਨੇ ਮੇਰੀ ਪਰਵਰਿਸ਼ ਬੜੀ ਕਮਾਲ ਦੀ ਕੀਤੀ। ਭੈਣੋ, ਤੁਹਾਡੇ ਹੱਥ ਵਿੱਚ ਬਹੁਤ ਕੁਝ ਹੈ। ਇਹਨਾਂ ਬੱਚਿਆਂ ਦੀ ਪਰਵਰਿਸ਼ ਜਦੋਂ ਤੁਸੀਂ ਉਸ ਜ਼ਿੰਮੇਵਾਰੀ ਨਾਲ ਕਰੋਗੇ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਨੀਰੀ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਵੰਸ਼ ਹੈ, ਤੇ ਯਕੀਨ ਕਰਿਓ ਉਹ ਸੰਸਾਰ ਤੋਂ ਵੱਖਰੀ ਕਿਸਮ ਦੇ ਮਨੁੱਖ ਬਣਨਗੇ। ਮਹਾਰਾਜ ਆਪ ਲਿਖਦੇ ਆ, ਕਹਿੰਦੇ ਮੇਰੇ ਮਾਤਾ ਪਿਤਾ ਮੈਨੂੰ ਪੰਜਾਬ ਦੀ ਧਰਤੀ ਤੇ ਲੈ ਆਏ ਪਟਨਾ ਸਾਹਿਬ, ਤੇ ਪੰਜਾਬ ਦੀ ਧਰਤੀ ਨੂੰ ਉਸ ਵੇਲੇ ਮਦਰ ਦੇਸ਼ ਕਿਹਾ ਜਾਂਦਾ ਸੀ। ਮਦਰ ਦੇਸ਼ ਹਮ ਕੋ ਲੈ ਆਏ, ਭਾਂਤ ਭਾਂਤ ਦਾਇਨ ਦਲੋਰਾਏ, ਕਿੰਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਛਿੱਛਾ। ਹੁਣ ਇਸ ਗੱਲ ਤੇ ਧਿਆਨ ਕੇਂਦਰਿਤ ਕਰਿਓ, ਬਚਪਨ ਕਿੱਦਾਂ ਦਾ ਮਹਾਰਾਜ ਦਾ? ਭਾਂਤ ਭਾਂਤ ਦੀ ਛਿੱਛਾ ਦਾ, ਠੀਕ ਹੈ, ਲਾਡ ਕੀਤੇ, ਪਿਆਰ ਕੀਤਾ, ਮੇਰਾ ਦੇਖ ਰੇਖ ਕੀਤੀ, ਪਾਲਣ ਪੋਸ਼ਣ ਕੀਤਾ, ਪਰ ਨਾਲ ਗੁਰੂ ਸਾਹਿਬ ਜੀ ਕਹਿੰਦੇ ਨੇ ਮੇਰੀ ਰੱਖਿਆ ਕੀਤੀ, ਨਾਲ ਮੇਰੀ ਸਿੱਖਿਆ ਦਾ ਪ੍ਰਬੰਧ ਕੀਤਾ। ਦੁਨੀਆਂ ਦੀ ਕਿਹੜੀ ਭਾਸ਼ਾ ਹੈ ਜਿਹਦੇ ਵਿੱਚ ਗੁਰੂ ਨਾਨਕ ਗੁਰੂ ਕਲਗੀਧਰ ਪਿਤਾ ਨਿਪੁੰਨ ਨਹੀਂ? ਠੀਕ ਹੈ, ਅਸੀਂ ਇੱਕ ਰੂਪ ਵੇਖਿਆ, ਉਹ ਤੇਗ ਚਲਾਉਂਦੇ ਆ, ਕਦੀ ਉਹਨਾਂ ਦੀ ਕਲਮ ਨੂੰ ਜਾਣਨ ਦਾ ਯਤਨ ਕਰੋ, ਤੇ ਦੁਨੀਆਂ ਵਿੱਚ ਜ਼ਫਰਨਾਮਾ ਹੀ ਇਕੱਲਾ ਪੜ੍ਹ ਲਓ ਸਾਧ ਸੰਗਤ, ਕਿੰਨਾ ਸਾਹਿਤ ਲਿਖਿਆ, ਕਿੱਡੇ ਵੱਡੇ ਲਟਰੇਰੀ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ। ਅੱਜ ਤੁਸੀਂ ਗੁਰੂ ਕੇ ਸਿੱਖ ਅਖਵਾਉਣ ਵਾਲੇ, ਇੱਕ ਸਿੱਖ ਦੇ ਘਰ ਚੋਂ 50 ਲੱਖ ਦਾ ਫਰਨੀਚਰ ਮਿਲ ਸਕਦਾ, ਲੱਖਾਂ ਰੁਪਈਆਂ ਦੇ ਟੀਵੀ, ਫਰਿੱਜਾਂ, ਸਭ ਕੁਝ ਮਿਲ ਸਕਦੀਆਂ। ਲਿਟਰੇਚਰ ਕਿਹਨਾਂ ਸਿੱਖਾਂ ਦੇ ਘਰ ਚ? 90% ਸਿੱਖ ਇਸ ਪੱਖ ਤੋਂ ਸੱਖਣੇ ਹੋ ਗਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿਰਫ ਤੇਗ ਨਹੀਂ ਚਲਾ ਰਹੇ, ਉਹਨਾਂ ਵਰਗਾ ਲਟਰੇਰੀ ਪੁਰਖ ਦੁਨੀਆਂ ਉੱਤੇ ਕੋਈ, ਫਿਰ ਕੱਲਾ ਸਿੱਖੀ ਦਾ ਨਹੀਂ, ਦੂਜੇ ਮਤਾਂ ਦੇ ਇਤਿਹਾਸ ਨੂੰ ਕਿੰਨਾ ਪੜਿਆ, ਗ੍ਰੰਥਾਂ ਨੂੰ ਪੜਿਆ, ਉਹ ਲੱਖੇ ਤੱਕ ਕਰਵਾਏ ਮਹਾਰਾਜ ਨੇ, ਕਵੀ ਬਿਠਾਏ ਕੋਲ। ਹੁਣ ਕੀ ਸੀ ਜੀ ਛਿੱਛਾ ਦਾ? ਕੈਸਾ ਭਾਸ਼ਾ ਉੱਤੇ ਪਕੜ ਕੈਸੀ ਹੈ ਜੀ? ਭਾਵੇਂ ਉਹ ਬ੍ਰਿਜ ਭਾਸ਼ਾ ਹੈ, ਫਾਰਸੀ ਭਾਸ਼ਾ ਹੈ, ਸੰਸਕ੍ਰਿਤ ਹੈ, ਗੁਰਮੁਖੀ ਪੰਜਾਬੀ ਤੇ ਹੈ ਹੀ ਹੈ,
ਜਦੋਂ ਅਸੀਂ ਰਚਨਾ ਕੱਲਾ ਜਾਪ ਸਾਹਿਬ ਪੜ੍ਹ ਲਈਏ, ਐਸੀ ਛੰਦ ਰਚਨਾ ਦੁਨੀਆਂ ਵਿੱਚ ਕਿਤੇ ਨਹੀਂ ਲੱਭਦੀ। ਜ਼ਫਰਨਾਮਾ ਪੜ੍ਹ ਲਈਏ, ਕੈਸੇ ਕੈਸੇ ਗੁਣ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅੰਦਰ। ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਿੱਦਾਂ ਕਰਦੇ, ਆਪਣੇ ਸਾਹਿਬਜ਼ਾਦਿਆਂ ਦੇ। ਬਾਬਾ ਫਤਿਹ ਸਿੰਘ ਜੀ ਦੇ ਪਾਲਣ ਪੋਸ਼ਣ ਲਈ ਖਿਡਾਵੇ ਤੱਕ ਜਿਹੜੇ ਰੱਖੇ ਨਾ, ਖਿਡਾਵੇ ਕਈ ਕਈ ਕਿਤਾਬਾਂ ਦੇ ਲਿਖਾਰੀ ਨੇ, ਭਾਈ ਚੌਪਾ ਸਿੰਘ ਵਰਗੇ ਜਿਹੜੇ ਘੋੜਾ ਬਣਦੇ ਆ ਤੇ ਬਾਬਾ ਫਤਿਹ ਸਿੰਘ ਉਹਨਾਂ ਦੀ ਪਿੱਠ ਤੇ ਚੜ੍ਹ ਕੇ ਖੇਲਦੇ ਆ। ਕਿੱਦਾਂ ਦੀ ਸੁਸਾਇਟੀ ਚ ਪਾਲਦੇ ਉਹ ਆਪਣੇ ਸਾਹਿਬਜ਼ਾਦਿਆਂ ਨੂੰ। ਉਹ ਆਪਣੀ ਰੱਖਿਆ ਤੇ ਸਿੱਖਿਆ ਦੀ ਕਿੰਨੀ ਗੱਲ ਕਰਦੇ ਆ। ਅੱਜ ਅਸੀਂ ਕੀ ਕਰ ਰਹੇ ਹਾਂ ਸਾਧ ਸੰਗਤ, ਹਰ ਪੱਖ ਤੋਂ ਨਿਪੁੰਨ ਕਰਨਾ। ਇਹੀ ਕਾਰਨ ਹੈ ਕਿ ਬਾਬਾ ਫਤਿਹ ਸਿੰਘ 7 ਵਰਿਆਂ ਦੀ ਉਮਰ 'ਚ ਜਦੋਂ ਹਕੂਮਤ ਦੇ ਸਾਹਮਣੇ ਵਿਚਾਰ ਕਰਦੇ ਆ, ਗੋਸ਼ਟ ਕਰਦੇ ਆ, ਗੱਲਾਂ ਕਰਦੇ ਆ ਤੇ 750 ਸਾਲ ਦੀ ਹਕੂਮਤ ਨਿਰੁੱਤਰ ਹੋ ਜਾਂਦੀ ਹੈ। ਫਿਰ ਕੌਤਕ ਵੇਖੋ ਮਹਾਰਾਜ ਹਜ਼ੂਰ ਦੇ, ਹਰ ਪੱਖ ਤੋਂ, ਭਾਵੇਂ ਸ਼ਸਤਰ ਦਾ ਪੱਖ ਹੈ ਭਾਵੇਂ ਸ਼ਾਸਤਰ ਦਾ ਪੱਖ, ਪੂਰਨ ਤੌਰ ਤੇ ਸਤਿਗੁਰਾਂ ਨਿਪੁੰਨ ਕੀਤਾ। ਮੇਰਾ ਸਮਾਂ 10 ਮਿੰਟ ਬਾਕੀ ਹੈ। ਇਸ ਧਰਤੀ ਦੀ ਆਪਾਂ ਗੱਲ ਕਰਨੀ ਜਿੱਥੇ ਆਏ ਆ। ਮੇਰੇ ਨਾ ਸੱਜਣ ਨੇ ਯੂਨੀਵਰਸਿਟੀ ਦੇ ਅੰਦਰ, ਉਹਨਾਂ ਨੇ ਇੱਕ ਗੱਲ ਸੁਣਾਈ ਇੱਕ ਵਾਰੀ। ਉਹ ਖੋਜ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ ਮਾਰਗ, ਬਹੁਤ ਕੁਝ ਅਣਦੇਖਾ ਹੈ, ਬਹੁਤ ਕੁਝ ਐਸਾ ਹੈ ਜਿਹੜਾ ਅਜੇ ਤੱਕ ਸਿੱਖਾਂ ਦੀਆਂ ਅੱਖਾਂ ਸਾਹਮਣੇ ਨਹੀਂ ਆਇਆ। ਖੋਜੀ ਲੱਗੇ ਰਹਿੰਦੇ ਆ, ਬੜੇ ਵੱਡੇ ਪਰਉਪਕਾਰ ਨੇ ਸਾਡੇ ਖੋਜੀਆਂ ਦੇ। ਉਹ ਕਹਿੰਦੇ ਹਰਿਆਣੇ ਦੇ ਖੇਤਰ 'ਚ ਅੱਗੇ ਰਾਜਸਥਾਨ ਸ਼ੁਰੂ ਹੁੰਦਾ ਤੇ ਅਸੀਂ ਮਾਰਗ ਦੀ ਢੂੰਡ ਕਰਦੇ, ਆਪ ਪੈਦਲ ਮਤਲਬ ਆਪ ਸਫ਼ਰ ਕਰ ਰਹੇ ਸੀ ਤੇ ਇੱਕ ਰੁੱਖ ਦੇ ਹੇਠਾਂ ਕੁਝ ਮਨੁੱਖ ਬੈਠੇ ਸੀ, ਬਜ਼ੁਰਗ 80-80 ਸਾਲ ਦੇ, 70-70 ਸਾਲ ਦੇ, ਜਿੱਦਾਂ ਦਾ ਉਹਨਾਂ ਦਾ ਲਾਈਫ ਸਟਾਈਲ ਆ, ਵੱਡੀਆਂ ਵੱਡੀਆਂ ਪੱਗਾਂ ਬੰਨੀਆਂ ਤੇ ਚੌਧਰੀ ਟਾਈਪ ਮਨੁੱਖ ਬੈਠੇ। ਡਾਕਟਰ ਸਾਹਿਬ ਨੇ ਮੈਨੂੰ ਗੱਲ ਦੱਸੀ, ਕਹਿੰਦੇ ਜੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਜਾਣਦੇ ਹੋ ਕੁਝ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਹੜਾ ਕਿਹੜਾ ਪਿੰਡਾਂ ਚੋਂ ਦੀ ਹੋ ਕੇ ਗੁਜਰੇ ਹੋਣ। ਤਵੱਜੋ ਦਿਓ ਵੀਰੋ। ਤੇ ਉਹ ਅੱਗੋਂ ਬਜ਼ੁਰਗ ਕਹਿਣ ਲੱਗੇ, ਲਓ ਇਹ ਕਿੰਨੀ ਕੁ ਵੱਡੀ ਗੱਲ ਹੈ। ਤੇ ਡਾਕਟਰ ਸਾਹਿਬ ਕਹਿੰਦੇ ਵੀ ਮੈਨੂੰ ਬੜਾ ਸ਼ੌਕ ਲੱਗਾ ਵੀ ਮੈਂ ਤੇ ਪੂਰੀ ਮਿਹਨਤ ਕਰਕੇ ਖੋਜ ਕਰ ਰਿਹਾ ਤੇ ਇਹ ਕਹਿੰਦੇ ਮਾਮੂਲੀ ਗੱਲ ਹੈ। ਕਹਿੰਦੇ ਮੈਂ ਕਿਹਾ ਜੀ ਦੱਸੋ ਫਿਰ ਕਿੱਦਾਂ ਲੱਭ ਸਕਦੇ ਹਾਂ। ਉਹ ਕਹਿੰਦੇ ਬੜਾ ਸੌਖਾ, ਤੁਸੀਂ ਇਹ ਸਾਰੇ ਪਿੰਡਾਂ ਚੋਂ ਦੀ ਤੁਰੇ ਜਾਓ, ਜਿਹੜੇ ਜਿਹੜੇ ਪਿੰਡ ਦਾ ਪਾਣੀ ਮਿੱਠਾ ਹੋਏਗਾ ਸਮਝ ਲਓ ਉਸ ਉਸ ਪਿੰਡ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ। ਔਰ ਹਕੀਕਤ ਹੈ, ਇਸ ਧਰਤੀ ਦੇ ਉੱਤੇ ਅਸੀਂ ਰਹੇ ਹਾਂ, ਪੜ੍ਹੇ ਹਾਂ, ਇੱਥੇ ਇਸ ਖੂਹ ਤੋਂ ਪਾਣੀ ਲੈਣ ਵਾਸਤੇ ਆਉਂਦੇ ਸੀ ਲੋਕ ਪਿੰਡ ਦੇ, ਮਿੱਠੇ ਪਾਣੀ ਦੀ ਥੋੜ ਸੀ। ਔਰ ਵਾਕਈ ਜਿੱਥੇ ਜਿੱਥੇ ਹਜ਼ੂਰ ਨੇ, ਲਖਨੌਰ ਦੀ ਧਰਤੀ ਮਹਾਰਾਜ ਦਾ ਨਾਨਕਿਆਂ ਦਾ ਪਿਛੋਕੜ, ਮਾਤਾ ਬਿਸ਼ਨ ਕੌਰ ਜੀ, ਭਾਈ ਲਾਲ ਚੰਦ ਜੀ ਦਾ ਪਿੰਡ ਪਿਛੋਕੜ ਜਿਹੜਾ ਹੈ, ਉਹ ਮਾਤਾ ਗੁਜਰੀ ਜੀ ਦੇ ਪੇਕਿਆਂ ਦਾ ਲਖਨੌਰ, ਅੱਜ ਕੱਲ੍ਹ ਅੰਬਾਲੇ ਦੇ ਕੋਲ ਖੂਹ ਲਗਵਾਇਆ, ਉੱਥੇ ਉਚੇਚੇ ਤੌਰ ਤੇ ਹਜ਼ੂਰ ਦੇ ਚਰਨ ਪਏ, ਮਾਂ ਗੁਜਰੀ ਜੀ ਨੇ ਨਿਸ਼ਾਨਦੇਹੀ ਕੀਤੀ। ਇਸ ਧਰਤੀ ਨੂੰ ਭਾਗ ਲੱਗੇ, ਜਿਹਨੂੰ ਕਹਿੰਦੇ ਸੀ ਉਜੜੀ ਹੋਈ ਧਰਤੀ ਹੈ। ਭਾਈ ਡੱਲ ਸਿੰਘ ਕਹਿੰਦਾ ਸੀ ਮਹਾਰਾਜ ਜੀ ਇੱਥੇ ਅੰਗੂਰ ਕਿੱਥੋਂ, ਇੱਥੇ ਫਲ ਕਿੱਥੋਂ, ਇੱਥੇ ਫਸਲਾਂ ਕਿੱਥੋਂ, ਕਰਜ਼ਈ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ। ਕੇਵਲ ਸਾਨੂੰ ਸਰਦਾਰੀਆਂ ਹੀ ਨਹੀਂ ਮਿਲੀਆਂ ਸਾਧ ਸੰਗਤ, ਕੇਵਲ ਸਾਨੂੰ ਸਵੈ ਮਾਣ ਗੈਰਤ ਹੀ ਨਹੀਂ ਮਿਲੇ, ਸਾਨੂੰ ਗੁਰੂ ਸਾਹਿਬ ਜੀ ਨੇ ਹਰ ਪੱਖ ਤੋਂ ਸੰਤੁਸ਼ਟ ਕੀਤਾ ਜੀ, ਭਾਵੇਂ ਉਹ ਸਮਾਜਿਕ ਪੱਖ ਸੀ, ਆਰਥਿਕ ਪੱਖ ਸੀ। ਜੇ ਰਿਜਕ ਵੀ ਅੱਜ ਭੋਗ ਰਹੇ ਹਾਂ ਨਾ, ਸਰਦਾਰੀਆਂ ਭੋਗ ਰਹੇ ਹਾਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ। ਔਰ ਇਸ ਧਰਤੀ ਦੇ ਉੱਤੇ ਇੱਕ ਬੜੇ ਕਮਾਲ ਦੀ ਗੱਲ ਹੁੰਦੀ ਹੈ ਜੀ, ਠੀਕ ਹੈ, ਭਾਈ ਡੱਲ ਸਿੰਘ ਜੀ ਬਹੁਤ ਸੇਵਾ ਕਰਦੇ ਆ, ਉਸ ਪਰਿਵਾਰ ਦੀ ਭਾਵਨਾ ਨੂੰ ਅੱਜ ਵੀ ਨਮਸਕਾਰ ਹੈ, ਜਿੰਨੀ ਸ਼ਿੱਦਤ ਦੇ ਨਾਲ, ਜਿੰਨੀ ਸ਼ਰਧਾ ਦੇ ਨਾਲ ਉਹ ਪਰਿਵਾਰ ਸਤਿਗੁਰੂ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਉਂਦਾ ਸਾਨੂੰ, ਕਦੇ ਨਹੀਂ ਅੱਕਦੇ ਉਹ ਗੁਰਸਿੱਖ ਵੀਰ ਮਹਾਰਾਜ, ਉਹਨਾਂ ਨੂੰ ਭਾਗ ਲਾਉਣ ਅਰਦਾਸ ਹੈ ਮੇਰੀ।
ਹਜ਼ੂਰ ਦੇ ਚਰਨਾਂ ਵਿੱਚ ਭਾਈ ਡਲ ਸਿੰਘ ਜੀ ਨੇ ਬੇਅੰਤ ਸੇਵਾ ਕੀਤੀ ਤੇ ਭਾਗਾਂ ਵਾਲੇ ਇੱਕ ਜ਼ਿਕਰ ਆਉਂਦਾ ਕਹਿੰਦੇ ਇੱਕ ਬੇਨਾਵਾਂ ਫਕੀਰ ਆਇਆ ਤੇ ਉਦਨ ਸਤਿਗੁਰਾਂ ਦੇ ਹਜ਼ੂਰ ਕੋਈ ਬੰਦਾ ਪਹਿਰੇ ਤੇ ਨਾ ਦਿਸਿਆ ਤੇ ਉਹਨੇ ਇੱਕ ਸ਼ਬਦ ਕਿਹਾ ਤਾੜੀ ਵਜਾ ਕੇ ਉੱਚੀ ਦੇਣੀ ਵਿਅੰਗ ਚ ਕਹਿਣ ਲੱਗਾ ਨਾ ਡੱਲਾ ਨਾ ਮੱਲਾ ਗੋਬਿੰਦ ਸਿੰਘ ਇਕੱਲਾ ਤੇ ਸਾਡੇ ਵਾਸਤੇ ਸੁਨੇਹਾ ਮਹਾਰਾਜ ਕਹਿਣ ਲੱਗੇ ਨਾ ਡੱਲਾ ਨਾ ਮੱਲਾ ਗੋਬਿੰਦ ਸਿੰਘ ਨਾਲ ਅੱਲਾ ਆਹੀ ਸਿਧਾਂਤ ਦਿੱਤਾ ਸਾਨੂੰ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਵਿਅੰਗ ਕਰਨ ਵਾਲੇ ਨੇ ਕਿਹਾ ਅੱਜ ਕੱਖ ਵੀ ਨੀ ਤੁਹਾਡੇ ਕੋਲ ਨਾ ਸਾਜ ਬਾਜ ਨੇ ਨਾ ਫੌਜਾਂ ਨੇ ਨਾ ਉਹ ਲੇਪ ਤਲਾਈਆਂ ਨੇ ਮਹਾਰਾਜ ਸਾਰਾ ਕੁਝ ਖੁੱਸ ਗਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀ ਜਵਾਬ ਦਿੱਤਾ ਸੀ ਕਹਿਣ ਲੱਗੇ ਭਾਵੇਂ ਕੁਝ ਵੀ ਕੋਲ ਨਾ ਹੋਵੇ ਜਿਨ੍ਹਾਂ ਕੋਲ ਰੱਬੀ ਬਖਸ਼ਿਸ਼ ਹੁੰਦੀ ਹੈ ਉਹ ਜੰਗਲਾਂ 'ਚ ਬੈਠੇ ਹੋਏ ਵੀ ਪਾਤਸ਼ਾਹ ਹੁੰਦੇ ਨੇ ਤੇ ਗੱਲ ਇਕੱਲੀ ਗੁਰੂ ਗੋਬਿੰਦ ਸਿੰਘ ਜੀ ਤੇ ਨਹੀਂ ਮੁੱਕਦੀ ਗੁਰਮੁਖੋ ਇਹ ਪੰਥ ਦੀ ਝੋਲੀ 'ਚ ਪਈ ਹੈ ਭਾਵੇਂ ਸਭ ਕੁਝ ਉੱਜੜ ਜਾਏ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਉਹ ਸਵੈ ਮਾਣ ਦਿੱਤਾ ਜਿਹੜਾ ਕਹਿੰਦਾ ਇਨ ਗਰੀਬ ਸਿੱਖਣ ਕੋ ਦਿਉਂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਹ ਉਹ ਧਰਤੀ ਹੈ ਜਿੱਥੇ ਤੁਸੀਂ ਬੈਠੇ ਹੋ ਜਿੱਥੇ ਗੁਰੂ ਸਿੱਖ ਦੀ ਪਰਖ ਕਰਦਾ ਤਾਂ ਮੈਂ ਕਿਹਾ ਸੀ ਐਨਾਲਿਸਿਸ ਤੇ ਕਰੀਏ ਜਿੱਥੇ ਗੁਰੂ ਕਹਿੰਦਾ ਆਪਣੀ ਬੁੱਕਲ 'ਚ ਝਾਤ ਮਾਰ ਕੇ ਵੇਖ ਤੇ ਜਿੱਤਦੇ ਕੌਣ ਹੈ ਪਾਸ ਕੌਣ ਹੁੰਦੇ ਆ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਅਸੀਂ ਉਸ ਘਟਨਾ ਨੂੰ ਬੀਤੇ ਦੀ ਘਟਨਾ ਨਾ ਨਾ ਬਣਾਈਏ ਅੱਜ ਵੀ ਗੁਰੂ ਸਿਰ ਤਲੀ ਤੇ ਰੱਖ ਕੇ ਆਉਣ ਵਾਲਿਆਂ ਦੀ ਪਰਖ ਕਰ ਰਿਹਾ ਤੇ ਫਿਰ ਅੰਦਰ ਆਪਣੇ ਝਾਤ ਮਾਰ ਕੇ ਵੇਖੀਏ ਕੀ ਮੈਂ ਬਾਬਾ ਵੀਰ ਸਿੰਘ ਧੀਰ ਸਿੰਘ ਵਾਲੀ ਕਤਾਰ ਵਿੱਚ ਖੜਾ ਗੁਰੂ ਦੇ ਕੋਲ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਫਤਿਹਗੜ੍ਹ ਸਾਹਿਬ ਵੀ ਕੋੜ ਰਹਿਣ ਦੀ ਕਿਹੜੀ ਗੱਲ ਹੁੰਦੀ ਹੈ ਉੱਥੇ ਤੇ ਦੁਨੀ ਚੰਦ ਵੀ ਕੋੜ ਰਹਿੰਦਾ ਪਰ ਜਿੱਦਣ ਪਰਖ ਦਾ ਵੇਲਾ ਆਇਆ ਉਦਣ ਇੰਨਾ ਘਬਰਾਇਆ ਕਿ ਗੁਰੂ ਨੂੰ ਕੰਡ ਦਿਖਾ ਕੇ ਭੱਜ ਗਿਆ ਆਹ ਐਨਾਲਿਸਿਸ ਕਰਨਾ ਕਿ ਵੀਰ ਸਿੰਘ ਧੀਰ ਸਿੰਘ ਵਾਂਗ ਸਾਡੀਆਂ ਹਿੱਕਾਂ ਤਣੀਆਂ ਗੁਰੂ ਦੇ ਸਨਮੁੱਖ ਅਸੀਂ ਸਮਰਪਿਤ ਹਾਂ ਗੁਰੂ ਦੇ ਸਾਹਮਣੇ ਇਸ ਧਰਤੀ ਨੂੰ ਗੁਰੂ ਕੌਮ ਦਾ ਤਖ਼ਤ ਥਾਪਦੇ ਆ ਬਣਾਉਂਦੇ ਆ ਬਾਬਾ ਦੀਪ ਸਿੰਘ ਜੀ ਦੀ ਝੋਲੀ 'ਚ ਸੇਵਾ ਪਾਉਂਦੇ ਆ ਅੱਜ ਅਸੀਂ ਮਾਫ਼ੀ ਮੰਗ ਕੇ ਕਹਿੰਦਾ ਬਾਬਾ ਦੀਪ ਸਿੰਘ ਜੀ ਦਾ ਕੌਮ 'ਚ ਬੜਾ ਸਤਿਕਾਰ ਹੈ ਬਹੁਤ ਸਨਮਾਨ ਹੈ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹਰ ਸ਼ਹੀਦ ਦਾ ਹੋਣਾ ਚਾਹੀਦਾ ਸ਼ਹੀਦ ਕਦੀ ਛੋਟੇ ਤੇ ਵੱਡੇ ਨਹੀਂ ਹੁੰਦੇ ਜੀ ਨਾ ਸ਼ਹੀਦਾਂ ਨੂੰ ਰੁਤਬਿਆਂ ਕਰਕੇ ਵੰਡਿਆ ਜਾ ਸਕਦਾ ਨਾ ਸ਼ਹੀਦਾਂ ਨੂੰ ਸਮੇਂ ਕਰਕੇ ਵੰਡਿਆ ਜਾ ਸਕਦਾ ਕਿ ਪੁਰਾਤਨ ਸ਼ਹੀਦ ਤੇ ਨਵੀਨ ਸ਼ਹੀਦ ਸ਼ਹੀਦ ਇੱਕ ਕਤਾਰ ਵਿੱਚ ਖੜੇ ਨੇ ਸਾਰੇ ਸਨਮਾਨਯੋਗ ਨੇ ਬਾਬਾ ਦੀਪ ਸਿੰਘ ਜੀ ਦਾ ਬੜਾ ਸਨਮਾਨ ਹੈ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਅੱਜ ਅਸੀਂ ਬਾਣੀ ਪੜ੍ਹ ਰਹੇ ਹਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਅਸੀਂ ਕਹਿ ਰਹੇ ਹਾਂ ਬੜੀ ਸ਼ਰਧਾ ਨਾਲ ਦੱਸਦੇ ਹਾਂ ਕਿ ਸਾਨੂੰ ਆਹ ਮਿਲਿਆ ਆਹ ਮਿਲਿਆ ਦਾਤਾ ਤੇ ਸਤਿਗੁਰੂ ਹੈ ਚਲੋ ਪਰ ਯਾਦ ਰੱਖੋ ਬਾਬਾ ਦੀਪ ਸਿੰਘ ਜੀ ਲਕੀਰ ਵੀ ਖਿੱਚਦੇ ਆ ਨਾ ਕਿ ਧਰਮੀਓ ਅੱਜ ਜ਼ਰੂਰਤ ਹੈ ਆਓ ਨਿਤਰੋ ਤੁਸੀਂ ਮੈਂ ਕਹਿੰਦਾ ਅੱਜ ਵੀ ਲਕੀਰ ਖਿੱਚੀ ਹੈ ਅਸੀਂ ਜਿੰਨੀ ਗਿਣਤੀ 'ਚ ਪਦਾਰਥ ਲੈਣ ਵਾਸਤੇ ਬਾਬਾ ਦੀਪ ਸਿੰਘ ਦਾ ਨਾਂ ਵਰਤ ਰਹੇ ਹਾਂ ਓਨੀ ਗਿਣਤੀ 'ਚ ਖੰਡੇ ਬਾਟੇ ਦੀ ਪਹੁਲ ਲੈ ਕੇ ਕਿਉਂ ਤੇ ਮੇਰਾ ਗੁਰੂ ਕਹਿੰਦਾ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਹੁਲ ਛਕੈ ਮੇਰਾ ਗੁਰੂ ਇਹ ਕਹਿੰਦਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ ਮੇਰਾ ਗੁਰੂ ਇਹ ਕਹਿੰਦਾ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ ਇਹ ਗੁਰੂ ਗੋਬਿੰਦ ਸਿੰਘ ਚਾਹੁੰਦੇ ਆ ਸਾਡੇ ਕੋਲੋਂ ਉਹ ਸਾਹਿਬ ਮੈਂ ਉਸਕਾ ਚਿਹਰਾ ਹੁਣ ਇੱਥੇ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖੀਏ ਮੈਂ ਤੇ ਇਹ ਕੁਝ ਪ੍ਰਾਪਤ ਕਰਨਾ ਮੈਂ ਤਾਂ ਕਰਕੇ ਹਾਜ਼ਰੀ ਭਰਦਾ ਗੁਰੂ ਦੇ ਦਰਬਾਰ ਨੂੰ ਸਿਰਫ ਬਿਜ਼ਨਸ ਦਾ ਅੱਡਾ ਨਾ ਬਣਾਈਏ ਸਾਧ ਸੰਗਤ ਆਪਣੇ ਗਿਰੇਬਾਨ 'ਚ ਸਾਨੂੰ ਗੁਰੂ ਕਹਿੰਦੇ ਜੇ ਥੋੜੀ ਬਹੁਤੀ ਵੀ ਅਕਲ ਹੈ ਨਾ ਜੀ ਆਹ ਬੋਲਦੇ ਸਤਿਗੁਰੂ
ਕਹਿੰਦੇ ਜੇ ਥੋੜੀ ਬਹੁਤੀ ਵੀ ਮਤ ਸੋਚਣ ਵਾਲੀ ਰੱਖਦਾ, ਜੇ ਤੂੰ ਅਕਲ ਲਤੀਫ ਤੇ ਫਿਰ ਕੀ ਕਰ, ਆਪਣੇ ਗਿਰਬਾਨ ਵਿੱਚ ਵੇਖਣ ਦਾ ਯਤਨ ਕਰ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਿੱਦਾਂ ਰਹਿਮਤਾਂ ਵਰਤਾ ਰਹੇ ਆ ਸਾਧ ਸੰਗਤ, ਇੱਕ ਇੱਕ ਸਾਖੀ। ਮੈਂ ਇੱਕ ਗੱਲ ਕਹਿ ਕੇ ਫਿਰ ਆਪਦੀ ਪਾਸੋਂ ਖਿਮਾ ਮੰਗ ਲਵਾਂਗਾ। ਆਗਰੇ ਦੀ ਧਰਤੀ ਹੈ, ਬਹੁਤ ਕੁਝ, ਇਹ ਉਮਰ ਛੋਟੀ ਹੈ ਸਾਧ ਸੰਗਤ। ਮੈਂ ਕਹਿੰਦਾ ਇਹ ਯੁੱਗ ਛੋਟੇ ਨੇ, ਗੁਰੂ ਸਾਹਿਬ ਦੀ ਕੀਰਤੀ ਤੇ ਕਈ ਨਹੀਂ ਜਾ ਸਕਦੇ। 41 ਸਾਲ 9 ਮਹੀਨੇ 15 ਦਿਨ ਦਾ ਜਿਹੜਾ ਸਮਾਂ ਹੈ ਸਰੀਰ ਕਰਕੇ, ਸਿਰਫ ਸਾਰੀ ਦੁਨੀਆ ਕਿਤਾਬਾਂ ਲਿਖਦੀ ਚਲੀ ਜਾਵੇ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਬਾਰੇ ਅੰਤ ਨਹੀਂ ਪਾਇਆ ਜਾ ਸਕਦਾ। ਸਿਰਫ ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰਾਂਗਾ। ਸਿੱਖਾਂ ਦਾ ਕਿਰਦਾਰ ਕੀ ਹੈ, ਸਿੱਖ ਕਿੱਥੇ ਖੜੇ ਆ, ਸਿੱਖ ਕਿਸ ਤਰ੍ਹਾਂ ਦੇ ਹੁੰਦੇ ਸੀ ਤੇ ਅਸੀਂ ਕਿੱਦਾਂ ਦੇ ਸਿੱਖ ਬਣਨਾ। ਆਗਰੇ ਦੀ ਧਰਤੀ, ਗੁਰੂ ਦੀ ਵਿਸ਼ਾਲਤਾ ਵੇਖੋ ਸਾਧ ਸੰਗਤ। ਮੇਰੀ ਬੇਨਤੀ ਹੈ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਆਪਾਂ ਗੱਲ ਕਰ ਰਹੇ ਨਾ ਵੀ ਦੂਜੇ ਸੌੜੀ ਸੋਚ ਵਿੱਚ ਹੈ, ਅਸੀਂ ਵੀ ਸੌੜੀ ਸੋਚ ਵਿੱਚ ਨਾ ਪਈਏ। ਗੁਰੂ ਦੇ ਕੋਲ ਔਰੰਗਜ਼ੇਬ ਦਾ ਪੁੱਤਰ ਫਰਿਆਦ ਭੇਜਦਾ ਬਹਾਦਰ ਸ਼ਾਹ ਕਿ ਮਹਾਰਾਜ ਜੀ, ਮੈਂ ਭਿਖਾਰੀ ਬਣ ਕੇ ਬੇਨਤੀ ਕਰਦਾ ਕਿ ਜੇ ਮੇਰੀ ਤੁਸੀਂ ਬਾਂਹ ਫੜੋ ਤੇ ਮੈਂ ਸ਼ਹਿਨਸ਼ਾਹ ਹਿੰਦ ਬਣ ਸਕਦਾ। ਵਾਹ ਮੇਰੇ ਦਾਤਾ, ਕਿਸੇ ਦੇ ਕੁਟੰਬ ਨਾਲ, ਕਿਸੇ ਦੀ ਕੁੱਲ ਨਾਲ, ਕਿਸੇ ਦੇ ਖਾਨਦਾਨ ਨਾਲ ਕੋਈ ਨਫ਼ਰਤ ਹੈ? ਬਹਾਦਰ ਸ਼ਾਹ ਕਦੀ ਬਾਦਸ਼ਾਹ ਨਾ ਬਣਦਾ ਜੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਦੀ ਨਜ਼ਰ ਇਨਾਇਤ ਨਾ ਹੁੰਦੀ, ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ। ਤਾਰਾ ਆਜ਼ਮ ਮਰਦਾ, ਬਹਾਦਰ ਸ਼ਾਹ ਬਾਦਸ਼ਾਹ ਬਣਦਾ। ਹੁਣ ਜਦੋਂ ਬਹਾਦਰ ਸ਼ਾਹ ਬਾਦਸ਼ਾਹ ਬਣ ਕੇ ਗੱਦੀ ਨਸ਼ੀਨ ਹੋਇਆ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦੋ ਘਟਨਾਵਾਂ ਮੈਨੂੰ ਇਸ਼ਾਰਾ ਕੀਤਾ ਚਾਵਲਾ ਸਾਹਿਬ ਹੋਰਾਂ, ਤੁਸੀਂ ਹੋਰ ਜੇ ਜੋ ਚਲੋ ਜਿਵੇਂ ਸਟੇਜ ਦਾ ਪ੍ਰਬੰਧ ਹੈ, ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰਦਾ। ਆਗਰੇ ਦੀ ਗੁਰੂ ਸਾਹਿਬ ਨੇ ਸਾਨੂੰ ਕਰਾਮਾਤ ਦਿੱਤੀ, ਕਰਾਮਾਤ ਅਜ਼ਮਤ ਦਿੱਤੀ, ਸ਼ਕਤੀ ਦਿੱਤੀ ਸਾਧ ਸੰਗਤ। ਗੁਰਦੇਵ ਜੀ ਬਹਾਦਰ ਸ਼ਾਹ ਸੱਦਾ ਦਿੰਦਾ ਤੇ ਅਕਸਰ ਇਹ ਹੁੰਦਾ ਸੀ ਕਿ ਜਦੋਂ ਬਾਦਸ਼ਾਹ ਦੀ ਸਭਾ ਵਿੱਚ ਕਿਸੇ ਸਧਾਰਨ ਬੰਦੇ ਨੇ ਆਉਣਾ ਹੁੰਦਾ ਸੀ, ਉਹ ਹਥਿਆਰ ਪਾ ਕੇ ਨਹੀਂ ਸੀ ਆ ਸਕਦਾ, ਪਰ ਦੀਨ ਦੁਨੀਆਂ ਦੇ ਮਾਲਕ ਸੱਜ ਧੱਜ ਕੇ ਸ਼ਸਤਰਾਂ ਦੀ ਸ਼ਾਨ ਨਾਲ, ਕਿਉਂਕਿ ਉਹਨਾਂ ਦੀ ਕਿਰਪਾ ਦੇ ਨਾਲ ਬਹਾਦਰ ਸ਼ਾਹ ਬਾਦਸ਼ਾਹ ਬਣਿਆ। ਉੱਥੇ ਇੱਕ ਕਾਜ਼ੀ ਬੈਠਾ, ਹਸਨ ਖਾਂ ਉਹਦਾ ਨਾਂ ਹੈ, ਤੇ ਉਹ ਬੜੀ ਸ਼ੈਤਾਨੀ ਜੀ ਸੋਚ ਦੇ ਨਾਲ ਕੁਝ ਚਰਚਾ ਕਰਦਾ। ਵੇਖੋ ਚਰਚਾ ਬੜੀ ਚੰਗੀ ਚੀਜ਼ ਆ, ਸੰਵਾਦ ਬਹੁਤ ਚੰਗੀ ਚੀਜ਼ ਹੈ, ਪਰ ਕਈ ਵਾਰੀ ਸੰਵਾਦ ਸਿੱਖਣ ਵਾਸਤੇ ਨਹੀਂ, ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਹੁੰਦਾ। ਜਦੋਂ ਅੰਦਰ ਈਰਖਾ ਹੋਵੇ ਨਾ, ਫਿਰ ਸਾਡੇ ਸਵਾਲ ਜਾਣਨ ਵਾਸਤੇ ਨਹੀਂ ਹੁੰਦੇ, ਬਲਕਿ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਹੁੰਦੇ। ਇਹ ਕਹਿੰਦਾ ਗੁਰੂ ਸਾਹਿਬ ਦੀ ਕਰਾਮਾਤ ਦਿਖਾਓ, ਤੇ ਮਹਾਰਾਜ ਹੱਸ ਕੇ ਕਹਿੰਦੇ ਨੇ ਬਾਦਸ਼ਾਹ ਬੈਠਾ, ਇਹਦੀ ਜ਼ੁਬਾਨ ਬੜੀ ਵੱਡੀ ਕਰਾਮਾਤ ਹੈ, ਕਿਸੇ ਨੂੰ ਜੇਲ੍ਹ ਚ ਪਾ ਸਕਦੀ ਹੈ, ਜੇਲ੍ਹ ਚ ਛੁਡਾ ਸਕਦੀ ਹੈ, ਫਾਂਸੀ ਤੇ ਲਟਕਾ ਸਕਦੀ ਹੈ, ਛੁਡਾ ਸਕਦੀ ਹੈ। ਕਹਿੰਦੇ ਨਹੀਂ, ਤੁਸੀਂ ਕੋਈ ਕਰਾਮਾਤ ਦਿਖਾਓ। ਸਤਿਗੁਰੂ ਜੀ ਜੇਬ ਚ ਹੱਥ ਪਾਉਂਦੇ, ਕਹਿੰਦੇ ਪੈਸਾ ਬੜੀ ਵੱਡੀ ਕਰਾਮਾਤ ਹੈ, ਬਹੁਤ ਕੁਝ ਪੈਸੇ ਨਾਲ ਕੀਤਾ ਜਾ ਸਕਦਾ। ਹੁਣ ਜਿੱਥੇ ਇਹ ਅੜਿਆ ਹੋਇਆ ਸੀ, ਜਿਹੜੀ ਇਹਦੀ ਨੀਯਤ ਵਿੱਚੋਂ ਨਿਕਲ ਰਿਹਾ ਸਵਾਲ ਸੀ, ਕਹਿੰਦਾ ਨਹੀਂ ਨਹੀਂ, ਇਹ ਤੇ ਬਾਦਸ਼ਾਹ ਦੀ ਕਰਾਮਾਤ ਹੋ ਗਈ, ਇਹ ਪੈਸੇ ਦੀ ਕਰਾਮਾਤ ਹੋ ਗਈ, ਤੁਹਾਡੀ ਕਰਾਮਾਤ ਕੀ ਹੈ ਮਹਾਰਾਜ? ਗੁਰੂ ਕੇ ਸਿੱਖੋ ਕਰਾਮਾਤ ਅਸੀਂ ਭੁੱਲ ਗਏ, ਤੇ ਜਦੋਂ ਅਸੀਂ ਉਹ ਕਰਾਮਾਤ ਭੁੱਲ ਗਏ ਨਾ, ਅਸੀਂ ਠੂਠਾ ਫੜ ਕੇ ਮੰਗਣ ਵਾਲੇ ਮੰਗਤੇ ਬਣ ਗਏ। ਦਿੱਲੀ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਬੈਠਾ ਮੇਰਾ ਸਤਿਗੁਰੂ ਆਪਣੀ ਕਰਾਮਾਤ ਵਰਤਾਉਂਦਾ, ਯਾਦ ਰੱਖੀ ਉਸ ਕਰਾਮਾਤ ਨੂੰ। ਜਦੋਂ ਬਜ਼ਿੱਦ ਹੋ ਕੇ ਕਾਜ਼ੀ ਹਸਨ ਖਾਂ ਕਹਿੰਦਾ ਦਿਖਾਓ ਤੁਸੀਂ ਕਰਾਮਾਤ, ਤੇ ਸੱਚੇ ਪਾਤਸ਼ਾਹ ਹਜ਼ੂਰ ਤੇਗ ਦੇ ਮੁੱਠੇ ਤੇ ਹੱਥ ਪਾ ਕੇ ਸਰ ਕਰਕੇ ਸ੍ਰੀ ਸਾਹਿਬ ਸੂਤ ਕੇ ਕਹਿੰਦੇ ਨੇ, ਕਰਾਮਾਤ ਹੁਣੇ ਵਰਤੇਗੀ, ਤੇਰਾ ਸਿਰ ਧੜ ਤੋਂ ਜੁਦਾ ਕਰ ਦੇਗਾ, ਦੇਖਣੀ ਕਰਾਮਾਤ।
ਹੱਥ ਜੋੜ ਕੇ ਕੰਬ ਕੇ ਕਹਿੰਦਾ ਨਹੀਂ, ਕਹਿੰਦੇ ਆਹ ਮੇਰੀ ਕਰਾਮਾਤ ਹੈ ਤੇ ਇਹ ਕਰਾਮਾਤ ਗੁਰੂ ਨੇ ਖਾਲਸੇ ਪੰਥ ਨੂੰ ਦਿੱਤੀ। ਜਦੋਂ ਇਸ ਕਰਾਮਾਤ ਤੋਂ ਅਸੀਂ ਮੁਨਕਰ ਹੋ ਗਏ ਨਾ, ਅਸੀਂ ਮਕਸਦ ਵੀ ਭੁੱਲ ਗਏ ਸਾਂ, ਮਾਫੀ ਦਿਓ ਸਾਧ। ਦੁਸ਼ਟ ਸਭਨ ਕੋ ਮੂਲ ਉਪਾਰਨ ਮਕਸਦ ਸੀ, ਪਰ ਸਾਡੀ ਤੇ ਦੁਸ਼ਟਾਂ ਨਾਲ ਸਾਂਝ ਬਣ ਜਾਂਦੀ ਹੈ ਜੀ, ਸਾਡੀ ਤੇ ਮਿੱਤਰਤਾ ਬਣ ਜਾਂਦੀ ਹੈ। ਗੁਰੂ ਦੀ ਕਰਾਮਾਤ ਸੀ ਸਾਡੇ ਕੋਲ, ਜਿੱਦਣ ਇਹ ਕਰਾਮਾਤ ਛੁੱਟ ਗਈ ਅਸੀਂ ਮੰਗਤੇ ਹੋ ਗਏ, ਬਾਦਸ਼ਾਹ ਦੇ ਦਰਬਾਰ ਚ ਬੈਠੇ ਨੇ, ਹਿੰਦੁਸਤਾਨ ਦਾ ਸ਼ਹਿਨਸ਼ਾਹ ਉਸ ਧਰਤੀ ਦੇ ਉੱਤੇ ਹੋਰ ਕੌਤਕ ਵਰਤਦਾ। ਲੋਕ ਫਰਿਆਦੀ ਹੋ ਕੇ ਬਹਾਦਰ ਸ਼ਾਹ ਕੋਲ ਬੜੀਆਂ ਆਸਾਂ ਲੈ ਕੇ ਆਉਂਦੇ। ਅਕਸਰ ਹੁੰਦਾ ਇੱਦਾਂ, ਜਦੋਂ ਗੱਦੀ ਨਿਸ਼ੀਨ ਬਦਲਦੇ ਆ ਨਾ, ਲੋਕਾਂ ਦੀਆਂ ਬੜੀਆਂ ਆਸਾਂ ਹੁੰਦੀਆਂ, ਪਰ ਕਈ ਵਾਰੀ ਬੰਦੇ ਬਦਲਦੇ ਨੇ, ਸੋਚਾਂ ਨਹੀਂ ਬਦਲਦੀਆਂ ਹੁੰਦੀਆਂ। ਗੱਦੀ ਨਿਸ਼ੀਨ ਬਦਲਿਆ, ਬੜੀਆਂ ਆਸਾਂ ਸੀ ਲੋਕਾਂ ਨੂੰ, ਲੋਕ ਫਰਿਆਦੀ ਹੋਏ ਜੀ ਅਸੀਂ ਬੜੇ ਤੰਗ ਆ, ਆਪੋ ਆਪਣੀਆਂ ਪਰੇਸ਼ਾਨੀਆਂ ਲੈ ਕੇ ਆਉਣ ਲੱਗੇ। ਹੁਣ ਉਹ ਸਾਰਾ ਏਰੀਆ ਜਿਹਨਾਂ ਨੇ ਬਾਏ ਰੋਡ ਕਦੀ ਸਫ਼ਰ ਕੀਤਾ, ਆਗਰੇ ਤੋਂ ਲੈ ਕੇ ਜਦੋਂ ਅੱਗੇ ਭੋਪਾਲ ਤੱਕ ਜਾਈਏ ਨਾ, ਸਾਰਾ ਜੰਗਲੀ ਅੱਜ ਵੀ ਖਤਰਨਾਕ ਏਰੀਆ, ਉਹਨੂੰ ਚੰਬਲ ਦੀ ਘਾਟੀ ਕਹਿੰਦੇ ਆ। ਹੁਣ ਉਸ ਵੇਲੇ ਜੇਜੋ ਦੇ ਜੰਗਲ ਸੀ ਬੜੇ ਪ੍ਰਸਿੱਧ। ਲੋਕ ਪਿੰਡਾਂ ਦੇ ਫਰਿਆਦੀ ਹੋ ਕੇ ਬਾਦਸ਼ਾਹ ਕੋਲ ਆਏ ਤੇ ਇਹਨਾਂ ਨੇ ਫਰਿਆਦ ਕੀਤੀ ਜੀ ਅਸੀਂ ਬੜੇ ਆਤੁਰ ਹਾਂ, ਸਾਡੇ ਜੰਗਲਾਂ ਦੇ ਵਿੱਚੋਂ ਇੱਕ ਖੂਨੀ ਸ਼ੇਰ ਵੱਸੋਂ ਚ ਆ ਜਾਂਦਾ ਤੇ ਉਹ ਸ਼ੇਰ ਇੰਨਾ ਭਿਆਨਕ ਹੈ, ਪਹਿਲਾਂ ਤੇ ਸਾਡੇ ਪਸ਼ੂ ਖਾਂਦਾ ਸੀ ਮਾਰ ਕੇ, ਪਰ ਹੁਣ ਇੰਨਾ ਭਿਆਨਕ ਹੋ ਗਿਆ, ਇੰਨਾ ਖਤਰਨਾਕ ਹੈ, ਇੰਨਾ ਮੂੰਹ ਨੂੰ ਲਹੂ ਲੱਗ ਗਿਆ ਕਿ ਉਹ ਵੱਸੋਂ ਚ ਆਉਣ ਲੱਗ ਪਿਆ, ਬੰਦੇ ਖਾਣ ਲੱਗ ਪਿਆ। ਤੇ ਸਾਡੀ ਫਰਿਆਦ ਹੈ ਕਿ ਉਸ ਸ਼ੇਰ ਦਾ ਅੰਤ ਕਰਕੇ ਸਾਡੀ ਰਾਖੀ ਕਰੋ। ਹੁਣ ਜਿਹੜਾ ਰਾਜੇ ਦਾ ਧਰਮ ਹੁੰਦਾ ਜੀ ਪ੍ਰਜਾ ਦੀ ਰਾਖੀ ਕਰਨੀ, ਬਾਦਸ਼ਾਹ ਨੇ ਆਪਣੇ ਤਾਣ ਲਾ ਦਿੱਤਾ, ਆਪਣੇ ਚੋਟੀ ਦੇ ਜਰਨੈਲ ਸੱਦੇ, ਸਾਥੀ ਸੱਦੇ, ਕਈ ਜੰਗਾਂ ਦੇ ਜੇਤੂ ਹਥਿਆਰਾਂ ਦੇ ਧਨੀ ਬੜੇ ਬੜੇ ਅਭਿਆਸੀ ਸੱਦੇ। ਤੇ ਮੈਂ ਸੰਖੇਪ ਕਰਾਂ ਗੱਲ ਨੂੰ, ਤਿੰਨ ਚੋਟੀ ਦੇ ਯੋਧੇ ਜਾਂਦੇ ਆ, ਵਾਰੀ ਵਾਰੀ ਜਾਂਦੇ ਆ, ਸ਼ੇਰ ਦਾ ਅੰਤ ਕਰਨ ਸਫਲ ਨਹੀਂ ਹੋਏ, ਸ਼ੇਰ ਨੇ ਖਤਮ ਕਰ ਦਿੱਤਾ। ਲੋਕਾਂ ਚ ਹਾਹਾਕਾਰ ਵੱਧ ਗਈ, ਦਹਿਸ਼ਤ ਵੱਧ ਗਈ। ਤੇ ਜਦੋਂ ਰਾਜੇ ਫੇਲ ਹੋ ਜਾਂਦੇ ਆ ਨਾ ਜੀ, ਫਿਰ ਪ੍ਰਜਾ ਦੀ ਰਾਖੀ ਵਾਸਤੇ ਸਧਾਰਨ ਮਨੁੱਖਾਂ ਦੇ ਅੰਦਰ ਪਰਮੇਸ਼ਰ ਬਲ ਪੈਦਾ ਕਰਦਾ। ਗੁਰੂ ਸਾਹਿਬ ਜੀ ਦੇ ਇੱਕ ਪਿਆਰੇ ਸਿੱਖ ਸਨ ਭਾਈ ਰੋਸ਼ਨ ਸਿੰਘ ਜੀ, ਤੇ ਭਾਈ ਰੋਸ਼ਨ ਸਿੰਘ ਜੀ ਸਤਿਗੁਰੂ ਦੇ ਕੋਲ ਆ ਕੇ ਬੇਨਤੀ ਕਰਦੇ, ਕਹਿੰਦੇ ਮਹਾਰਾਜ ਸੰਸਾਰ 'ਚ ਸਹਿਮ ਬਣ ਗਿਆ, ਬੜਾ ਭਿਅੰਕਰ ਦੈਂਤ ਹੈ ਜਿਹੜਾ ਸ਼ੇਰ ਲੋਕਾਂ ਦੇ ਉੱਤੇ ਹਮਲੇ ਕਰ ਰਿਹਾ, ਉਹ ਬੜਾ ਮਾਰੂ ਹੋ ਗਿਆ, ਬੜਾ ਖੂੰਖਾਰ ਰੂਪ ਧਾਰਨ ਕਰ ਚੁੱਕਿਆ, ਤੇ ਜੇ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਤੇ ਮੈਂ ਪ੍ਰਜਾ ਦੇ ਭਲੇ ਵਾਸਤੇ ਸ਼ੇਰ ਦਾ ਅੰਤ ਕਰਾਂ। ਯਾਦ ਰੱਖਣਾ ਮੇਰਾ ਕਲਗੀਆਂ ਵਾਲਾ ਸਤਿਗੁਰੂ, ਰੋਜ਼ ਸਿਦਕ ਨਾਲ ਪੜਿਆ ਕਰੋ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਪੱਗਾਂ ਵਾਲਿਓ, ਇਹ ਬਾਣੀ ਹੀ ਸਾਡੇ ਅੰਦਰ ਸਿਦਕ ਪੈਦਾ ਕਰੇਗੀ, ਸਾਡੇ ਅੰਦਰ ਦ੍ਰਿੜਤਾ ਪੈਦਾ ਕਰੇਗੀ, ਸਾਡੇ ਅੰਦਰ ਭਰੋਸਾ ਪੈਦਾ ਕਰੇਗੀ। ਯਾਦ ਰੱਖਿਓ, ਭਰੋਸੇ ਤੋਂ ਬਿਨਾਂ ਏਦਾਂ ਹੈ ਜਿਵੇਂ ਜੜ੍ਹਾਂ ਤੋਂ ਬਿਨਾਂ ਕੋਈ ਪੌਦਾ ਹੋਵੇ, ਸਿੱਖ ਭਰੋਸੇ ਤੋਂ ਬਿਨਾਂ, ਸਿਦਕ ਤੋਂ ਬਿਨਾਂ ਏਦਾਂ ਜਿਵੇਂ ਜੜ੍ਹਾਂ ਤੋਂ ਬਿਨਾਂ ਰੁੱਖ ਹੋਵੇ, ਤੇ ਜੜ੍ਹਾਂ ਤੋਂ ਬਿਨਾਂ ਰੁੱਖ ਹੜਾਂ ਨਾਲ ਰੁੜ ਜਾਂਦਾ, ਤੂਫਾਨਾਂ ਵਿੱਚ ਡਿੱਗ ਪੈਂਦਾ, ਸੁੱਕ ਜਾਂਦਾ, ਕੁਮਲਾ ਜਾਂਦਾ। ਸਿਦਕ ਦਾ ਕਮਜ਼ੋਰ ਹੋਣਾ ਹੀ ਸਿੱਖੀ ਦਾ ਕਮਜ਼ੋਰ ਹੋਣਾ, ਦ੍ਰਿੜਤਾ ਲੈ ਕੇ ਆਇਓ। ਭਾਈ ਰੋਸ਼ਨ ਸਿੰਘ ਜੀ ਨੇ ਅਰਜ਼ ਕੀਤੀ, ਕਹਿੰਦੇ ਮਹਾਰਾਜ ਜੀ ਸਿਰ ਤੇ ਹੱਥ ਰੱਖੋ, ਮਨੁੱਖਤਾ ਦੇ ਭਲੇ ਵਾਸਤੇ ਮੈਂ ਸ਼ੇਰ ਦਾ ਅੰਤ ਕਰਾਂ। ਗੁਰਦੇਵ ਜੀ ਨੇ ਥਾਪੜਾ ਦਿੱਤਾ। ਬਾਣੀ ਪੜਨ ਵਾਲੇ ਸਿੱਖਾਂ ਦੇ ਅੰਦਰ ਸਿਦਕ ਹੈ ਨਾ ਜੀ, ਨਿੱਕੀ ਕੀਰੀ ਮੈਂ ਕੱਲ ਰੱਖ ਹੈ,
ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਜਦੋਂ ਗੁਰੂ ਕਲਾ ਵਰਤਾਉਂਦਾ ਤੇ ਕੀੜੀ ਦੇ ਅੰਦਰ ਵੀ ਇੰਨੀ ਸੱਤਿਆ ਵਰਤਾ ਦਿੰਦਾ ਕਿ ਕਰੋੜਾਂ ਦੇ ਲਸ਼ਕਰਾਂ ਨੂੰ ਫਨਾਹ ਕਰਨ ਦੀ ਸ਼ਕਤੀ ਰੱਖਦੇ ਆ। ਸਿੱਖਾ ਸਿਦਕ ਨਾ ਹਾਰੀ, ਗੁਰੂ ਨੇ ਪਤਾ ਨੀ ਕਿਹਦੇ ਸਿਰ ਤੇ ਹੱਥ ਰੱਖਣਾ ਤੇ ਪਤਾ ਨੀ ਕਿਹੜੀਆਂ ਕਿਹੜੀਆਂ ਕਲਾ ਵਰਤਾ ਦੇਣੀਆਂ। ਪਰ ਲੋੜ ਕੀ ਹੈ ਕਿ ਸਿੱਖ ਦਾ ਮੂੰਹ ਗੁਰੂ ਵਾਲੇ ਪਾਸੇ ਹੋਵੇ। ਬਦਕਿਸਮਤੀ ਇਹ ਜਦੋਂ ਅਸੀਂ ਗੁਰੂ ਨੂੰ ਛੱਡ ਕੇ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਕਿਉਂ ਸਾਡਾ ਸਾਰਾ ਪੰਜਾਬ ਡੇਰਾਵਾਦ ਦਾ ਸ਼ਿਕਾਰ ਹੋਇਆ ਜੀ? ਕਿਉਂਕਿ ਸਤਿਗੁਰ ਸਾਹਿਬ ਛੱਡਿਆ ਗਿਆ। ਸਿੰਘ ਦੇ ਸਿਰ ਤੇ ਹੱਥ ਰੱਖਿਆ, ਭਾਈ ਰੋਸ਼ਨ ਸਿੰਘ ਜੀ ਦੇ ਖੰਜਰ ਗੱਤ ਰਿਹਾ, ਮੋਢੇ ਤੇ ਢਾਲ, ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੇਰ ਜੰਗਲ ਦੇ ਸ਼ੇਰ ਨੂੰ ਵੰਗਾਰਨ ਲਈ ਤੁਰ ਪਿਆ। ਕੁੰਦਰ ਦੇ ਕੋਲ ਜਾ ਕੇ ਸਿੱਖ ਨੇ ਜਦੋਂ ਵੰਗਾਰ ਪਾਈ ਤੇ ਖੂਨੀ ਕਹਿਰੀ ਸ਼ੇਰ ਜਿਹੜਾ ਸੀ ਆਪਣੇ ਸੁਭਾਅ ਮੁਜਬ ਆਇਆ, ਉਹਨੇ ਗਰਜ ਮਾਰੀ, ਸਾਰੇ ਜੰਗਲ ਚ ਸਨਾਟਾ ਛਾ ਗਿਆ, ਸ਼ਰੈਮ ਛਾ ਗਿਆ। ਜੇ ਨਿਰਭੈ ਹੈ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ, ਇਹ ਦੁਨੀਆਂ ਦੇ ਜੰਗਲ ਵਿੱਚ ਅੱਜ ਵੀ ਕਈ ਬਘਿਆੜ ਫੂਕਦੇ ਆ। ਜੇ ਨਿਰਭੈ ਹੈ ਤੇ ਕੇਵਲ ਸਰੂਪ ਕਰਕੇ ਨਹੀਂ, ਜਿਹੜਾ ਸਿਦਕ ਕਰਕੇ ਜੁੜਿਆ ਹੋਇਆ ਉਹ ਸਿੱਖ ਨਿਰਭੈ ਆ, ਨਹੀਂ ਤੇ ਡਾਰੀ ਮਾਰੀ ਜਾਂਦਾ ਸਾਧ ਸੰਗਤ। ਇਹ ਡਾਰੀ ਤੇ ਜੜਾਂ ਕਮਜ਼ੋਰ ਕਰਦਾ ਸਾਡੀਆਂ। ਗੁਰੂ ਗੋਬਿੰਦ ਸਿੰਘ ਦੀ ਅਜ਼ਮਤ 'ਚ ਨਹੀਂ ਫਰਕ ਪਿਆ, ਉਹ ਅੱਜ ਵੀ ਵਰਤ ਰਹੀ ਹੈ, ਪਰ ਭਰੋਸੇ ਵਾਲਿਆਂ ਤੇ ਵਰਤਦੀ ਹੈ। ਸੱਚੇ ਪਾਤਸ਼ਾਹ ਹਜ਼ੂਰ ਦਾ ਥਾਪੜਾ ਸਿਰ ਤੇ ਆ, ਭਾਈ ਰੋਸ਼ਨ ਸਿੰਘ ਜੀ ਖੱਬੇ ਹੱਥ ਵਿੱਚ ਢਾਲ ਸਾਂਭਦੇ ਆ, ਸੱਜੇ ਹੱਥ 'ਚ ਖੰਜਰ। ਵੇਖੋ ਗੁਰੂ ਗੋਬਿੰਦ ਸਿੰਘ ਦੀ ਅਜ਼ਮਤ ਕੀ ਹੈ, ਜਿਹੜੀ ਕਰਾਮਾਤ ਦਿੱਤੀ ਸੀ ਨਾ, ਅੱਜ ਵੀ ਸਾਡੇ ਕੋਲ ਹੈ ਜੇ ਵਰਤਣ ਵਾਲੇ ਬਣੀਆਂ। ਵਿਵੇਕ ਬੁੱਧੀ ਦਿੱਤੀ, ਪਿਆਰ ਤੇ ਹਲੀਮੀ ਦੀ ਭਾਸ਼ਾ ਦਿੱਤੀ, ਨਿਮਰਤਾ ਦੇ ਗੁਣ ਦਿੱਤੇ, ਪਰ ਜਦੋਂ ਹੀਲੇ ਮੁੱਕ ਜਾਣ ਤੇ ਫਿਰ ਇਹ ਵਰਦਾਨ ਦਿੱਤਾ, ਚੁਕਾਰ ਆਜ਼ਮਾ ਹੀਲ ਤੇ ਦਰਗਜਸ਼ਤ ਹਲਾਲ ਅਸਤ ਬੁਰਦਨ ਬਾਸ਼ਾ ਸ਼ੀਰ ਦਸਤ। ਸ਼ੇਰ ਆਇਆ ਪਿਛਲੇ ਪੱਬਾਂ ਤੇ ਉਹਨੇ ਭਾਰ ਪਾ ਕੇ ਅਗਲੇ ਪੰਜਿਆਂ ਦਾ ਭਰਮਾ ਵਾਰ, ਜਦੋਂ ਐਸੇ ਨੁਕੀਲੇ ਅਗਲੇ ਨੌ ਜਿਹੜੇ ਝੋਟੇ ਦੇ ਸਰੀਰ ਨੂੰ ਚੀਰ ਕੇ ਰੱਖ ਲੈਣ, ਜਦੋਂ ਉਹਨੇ ਭਰਪੂਰ ਵਾਰ ਕੀਤਾ, ਗੁਰੂ ਦਾ ਧਿਆਨ ਧਰ ਕੇ ਸਿੱਖ ਨੇ ਖੱਬੇ ਹੱਥ ਦੀ ਢਾਲ ਨਾਲ ਵਾਰ ਰੋਕ ਕੇ ਸੱਜੇ ਹੱਥ ਦੇ ਖੰਜਰ ਨਾਲ ਉਧਰ ਪਾੜ ਕੇ ਰੱਖ ਦਿੱਤਾ ਸ਼ੇਰ, ਮੁੱਦਾ ਕਰਕੇ ਸ਼ੇਰ ਸੁੱਟਿਆ, ਕਮਰ ਕੱਸੇ ਦਾ ਗਾਤਰਾ ਖੋਲਿਆ, ਧੂਕੇ ਕਮਰ ਕੱਸਾ ਖੋਲਿਆ, ਧੂਕੇ ਬਾਹਰ ਲੈ ਆਉਂਦਾ, ਰੌਲਾ ਪੈ ਗਿਆ, ਬਲਾ ਟਲ ਗਈ, ਸ਼ੇਰ ਮਰ ਗਿਆ, ਸ਼ੇਰ ਮਰ ਗਿਆ। ਲੋਕਾਂ 'ਚ ਬੜੀ ਖੁਸ਼ੀ, ਇੱਕੋ ਤਰ੍ਹਾਂ ਦਾ ਸ਼ੇਰ ਨਹੀਂ ਹੈ, ਸਮਝਣ ਦੀ ਜ਼ਰੂਰਤ ਹੈ ਸਾਧ ਸੰਗਤ। ਦਰਬਾਰ ਲੱਗਿਆ, ਬਹਾਦਰ ਸ਼ਾਹ ਗੱਦੀ ਨਸ਼ੀਨ ਹੋ ਕੇ ਬੈਠਾ, ਜਿਹਨੇ ਬੇਵੱਸ ਹੋ ਕੇ ਐਲਾਨ ਕੀਤਾ ਸੀ ਕਿ ਜਿਹੜਾ ਇਸ ਆਫਤ ਨੂੰ ਮੁਕਾਏਗਾ ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਏਗਾ, ਮੂੰਹ ਮੰਗਿਆ ਇਨਾਮ ਦਿੱਤਾ ਜਾਏਗਾ। ਲੋਕਾਂ ਮੋਢਿਆਂ ਤੇ ਚੁੱਕ ਲਿਆ ਭਾਈ ਰੋਸ਼ਨ ਸਿੰਘ ਨੂੰ। ਸਭਾ ਦੇ ਵਿੱਚ ਬਹਾਦਰ ਸ਼ਾਹ ਖੁਸ਼ ਹੋ ਕੇ ਕਹਿੰਦਾ, ਮੰਗੋ ਕੀ ਮੰਗਦੇ ਹੋ? ਭਾਈ ਰੋਸ਼ਨ ਸਿੰਘ, ਮੰਗੋ ਕੀ ਮੰਗਦੇ ਹੋ? ਫਿਰ ਉਹਨੇ ਐਲਾਨ ਕੀਤਾ, ਮੈਂ ਆਪਣੇ ਵਾਅਦੇ ਤੇ ਖੜਾ ਹਾਂ, ਮੰਗੋ ਕੀ ਮੰਗਦੇ ਹੋ? ਭਾਈ ਰੋਸ਼ਨ ਸਿੰਘ ਚੁੱਪ। ਲੋਕਾਂ ਨੇ ਕਿਹਾ, ਰੋਸ਼ਨ ਸਿੰਘ ਜੀ ਮੰਗੋ, ਇੱਕ ਵਾਰੀ ਜ਼ੁਬਾਨ ਹਿਲਾਉਣ ਦੀ ਦੇਰ ਹੈ, ਪੀੜੀਆਂ ਦੀ ਰੋਟੀਆਂ ਲੱਗ ਜਾਣੀਆਂ। ਇਸ ਭਾਰਤ ਵਰਸ਼ ਦੇ ਅੰਦਰ ਲੋਕਾਂ ਨੇ ਮੁਗਲ ਹਾਕਮਾਂ ਕੋਲੋਂ ਧੀਆਂ ਦੇ ਡੋਲੇ ਦੇ ਦੇ ਕੇ ਰਿਆਸਤਾਂ ਮੰਗੀਆਂ, ਜਗੀਰਾਂ ਮੰਗੀਆਂ। ਗੁਰੂ ਦੇ ਸਿੱਖ ਨੂੰ ਕਿਹਾ, ਬਾਦਸ਼ਾਹ ਕਹਿ ਰਿਹਾ ਮੰਗੋ ਕੀ ਮੰਗਦੇ ਹੋ? ਤੇ ਗੁਰੂ ਦਾ ਸਿੱਖ ਚੁੱਪ। ਜਦੋਂ ਪਰਜਾ ਨੇ ਸ਼ੋਰ ਮਚਾ ਕੇ ਕਹਿੰਦਾ ਮੰਗੋ, ਤੇ ਭਾਈ ਰੋਸ਼ਨ ਸਿੰਘ ਕਹਿੰਦੇ ਨਹੀਂ ਮੰਗ ਸਕਦਾ। ਹੁਣ ਹੈਰਾਨ ਹੋ ਕੇ, ਕਿਸੇ ਨੂੰ ਧਨ ਮਿਲ ਰਿਹਾ ਹੋਵੇ, ਪਦਵੀਆਂ ਮਿਲ, ਦੱਸ ਕੀ ਚਾਹੀਦਾ? ਜੇ ਪਦਵੀ ਚਾਹੀਦੀ ਹੈ ਸਿਪਾ ਸਲਾਰ ਬਣਾ ਦਿਆਂ, ਜੇ ਦੌਲਤ ਚਾਹੀਦੀ ਹੈ ਤੇ ਖਜ਼ਾਨੇ ਦੇ ਮੂੰਹ ਖੋਲ ਦਿਆਂ, ਜੇ ਜ਼ਮੀਨਾਂ ਚਾਹੀਦੀਆਂ ਤੇ ਰਿਆਸਤ ਦੇ ਦਿਆਂ, ਆਹੀ ਕੁਝ ਭੁੱਖ ਹੈ ਸਾਨੂੰ। ਬਾਦਸ਼ਾਹ ਕਹਿ ਰਿਹਾ ਦਿੱਲੀ ਦਾ, ਦੱਸ ਸਿੱਖ ਨੂੰ ਕੀ ਚਾਹੀਦਾ? ਸਿੱਖ ਕਹਿੰਦਾ ਨਹੀਂ ਮੰਗ ਸਕਦਾ। ਲੋਕਾਂ ਨੇ ਕਿਹਾ ਕਿਉਂ ਨਹੀਂ ਮੰਗਦੇ?
ਭਾਈ ਰੋਸ਼ਨ ਸਿੰਘ ਦਾ ਜਵਾਬ ਚੇਤੇ ਰੱਖੀਏ, ਸਿੱਖ ਦੀ ਸਿੱਖੀ ਕੀ ਹੈ? ਉਹ ਕਹਿੰਦਾ ਭਲਿਓ ਇੱਕੋ ਹੀ ਝੋਲੀ ਹੈ ਜਿਹੜੀ ਕੇਵਲ ਗੁਰੂ ਗੋਬਿੰਦ ਸਿੰਘ ਅੱਗੇ ਅੱਡ ਸਕਦਾ, ਦੁਨੀਆਂ ਦੇ ਬੰਦਿਆਂ ਅੱਗੇ ਨਹੀਂ ਅੱਡ ਸਕਦਾ। ਗੁਰੂ ਉਹੀ ਹੈ, ਸਿੱਖ ਚ ਫਰਕ ਨਾ ਪੈ ਜਾਵੇ ਸਾਧ ਸੰਗਤ, ਉਹ ਝੋਲੀਆਂ ਭਰਦਾ। ਤੁਸੀਂ ਬਹੁਤ ਭਾਗਾਂ ਵਾਲੇ ਇਸ ਧਰਤੀ ਤੇ ਬੈਠੇ, ਇਹ ਕੌਮੀ ਇਕੱਠ ਨੇ ਸਾਡੇ, ਗੁਰੂ ਵਾਲੇ ਪਾਸੇ ਮੂੰਹ ਕਰਾਂਗੇ, ਚੜ੍ਹਦੀ ਕਲਾ ਹੋਏਗੀ। ਮਹਾਰਾਜ ਅੰਗ ਸਿੰਘ ਸਹਾਈ ਹੋਣ, ਸਾਰਿਆਂ ਦਾ ਬਹੁਤ ਧੰਨਵਾਦ ਜੀ, ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।